ਦੋ ਟੋਪਿਕ ਕੱਲ ਪੜ੍ਹੇ ਉਹ ਇੰਪੋਰਟੈਂਟ ਸੀਗੇ। ਤਾਂ ਬੁਕਲੇਟ ਨੰਬਰ 1 'ਚ ਜਿਹੜੇ 12 13 ਟੋਪਿਕ ਹੈ ਉਸ 'ਚੋਂ 7 ਟੋਪਿਕ ਇੰਪੋਰਟੈਂਟ ਹੈਗੇ, ਯਾਨੀ ਬਹੁਤ ਜ਼ਿਆਦਾ ਇੰਪੋਰਟੈਂਟ, ਬਾਕੀਆਂ 'ਚੋਂ ਇੱਕ ਅੱਧਾ ਇੱਕ ਅੱਧਾ ਇੱਕ ਅੱਧਾ ਕੁਐਸਚਨ ਆਊਗਾ। ਔਰ ਨੈਕਸਟ ਟੋਪਿਕ ਇੰਪੋਰਟੈਂਟ ਹੈ ਸਾਡਾ ਐਗਰੋ ਫੋਰੈਸਟਰੀ। ਤਾਂ ਅੱਜ ਅਸੀਂ ਆਹ ਟੋਪਿਕ ਪਹਿਲਾਂ ਡਿਸਕਸ ਕਰਾਂਗੇ, ਉਹਦੇ ਬਾਅਦ ਅੱਗੇ ਦੀ ਪਲਾਨਿੰਗ ਫਿਰ ਦੇਖਾਂ ਵੀ ਕੀ ਕਰਨਾ। ਤਾਂ ਪਹਿਲਾ ਟੋਪਿਕਸ ਲੈ ਰਿਹਾ ਬੱਚੇ ਮੈਂ ਨਿਊਟ੍ਰੈਂਟ, ਕਿਹੜਾ ਲੈ ਰਿਹਾ? ਤਾਂ ਦੇਖੋ ਬੱਚੇ ਨਿਊਟ੍ਰੈਂਟ ਦੇ ਅੰਦਰ ਕੁਐਸਚਨਸ ਕੀ ਆਊਗਾ, ਨਿਊਟ੍ਰੈਂਟ ਦੇ ਅੰਦਰ ਤੁਹਾਡੇ ਤੋਂ ਕੁਐਸਚਨਸ ਆਊਗਾ ਵੀ ਕਿਹੜਾ ਨਿਊਟ੍ਰੈਂਟ ਪਲਾਂਟ ਨੂੰ ਚਾਹੀਦਾ ਔਰ ਕਿੰਨਾ ਚਾਹੀਦਾ। ਠੀਕ ਹੈ ਜੀ। ਦੋ ਸਾਇੰਟਿਸਟ ਸੀ ਜਿਨ੍ਹਾਂ ਨੇ ਕਿਹਾ ਵੀ ਜਿਹੜਾ ਜੋ ਨਿਊਟ੍ਰੈਂਟ ਹੈਗੇ ਪਲਾਂਟ ਦੀ ਗਰੋਥ ਐਂਡ ਡਿਵੈਲਪਮੈਂਟ ਲਈ ਜ਼ਰੂਰੀ ਹੈ, ਤਾਂ ਉਹਨਾਂ ਨੇ ਕੀ ਦਿੱਤਾ? ਲਾਅ ਆਫ ਇਸੈਂਸ਼ੀਅਲਿਟੀ ਦਿੱਤਾ। ਉਹ ਕਹਿੰਦਾ ਵੀ ਕਿਹਨੇ ਦਿੱਤਾ? ਤਾਂ ਆਰਨਨ ਐਂਡ ਸਟੂਅਰਟ ਕਰਕੇ ਦੋ ਸਾਇੰਟਿਸਟ ਸੀ ਜਿਨ੍ਹਾਂ ਨੇ ਕਿਹਾ 17 ਨਿਊਟ੍ਰੈਂਟ ਚਾਹੀਦੇ। ਕਿੰਨੇ ਨਿਊਟ੍ਰੈਂਟ ਚਾਹੀਦੇ ਹੈਗੇ? ਕਿਉਂਕਿ ਪਹਿਲਾਂ ਉਹਨਾਂ ਨੇ 16 ਕਿਹਾ, 17ਵਾਂ ਜਿਹੜਾ ਆਇਆ ਨਿਕਲ ਆਇਆ, ਤਾਂ ਕਹਿੰਦਾ 17 ਨਿਊਟ੍ਰੈਂਟ ਆਰ ਇਸੈਂਸ਼ੀਅਲ ਫੋਰ ਪਲਾਂਟ ਗਰੋਥ। ਕੀ ਕਿਹਾ ਪਹਿਲਾ ਸਟੇਟਮੈਂਟ ਇਹਨਾਂ ਨੇ? ਇਸੈਂਸ਼ੀਅਲ ਫੋਰ ਪਲਾਂਟ ਗਰੋਥ। ਸੈਕਿੰਡ ਇਹਨਾਂ ਨੇ ਕਿਹਾ ਵੀ ਜਿਸ ਨਿਊਟ੍ਰੈਂਟ ਦੀ ਕਮੀ ਉਹ ਹੀ ਦੇਣਾ ਪਊਗਾ, ਮਤਲਬ ਅਗਰ ਪਲਾਂਟ ਨੂੰ ਨਾਈਟ੍ਰੋਜਨ ਚਾਹੀਦਾ, ਕੀ ਚਾਹੀਦਾ ਹੈਗਾ? ਤਾਂ ਨਾਈਟ੍ਰੋਜਨ ਦਾ ਹੀ ਸਪਲਾਈ ਕਰਨਾ ਪਊਗਾ। ਅਗਰ ਪਲਾਂਟ ਨੂੰ ਕੀ ਚਾਹੀਦਾ ਹੈਗਾ? ਨਾਈਟ੍ਰੋਜਨ ਚਾਹੀਦਾ, ਔਰ ਤੁਸੀਂ ਫੋਸਫੋਰਸ ਦੇ ਰਹੇ ਹੋ, ਤਾਂ ਉਹ ਜੋ ਕਮੀ ਹੈ ਉਹ ਪੂਰੀ ਨਹੀਂ ਹੋਗੀ। ਜੇ ਮੈਂ ਤੁਹਾਡਾ ਐਗਜ਼ਾਮਪਲ ਲੈ ਲੈਣਾ ਜਾਂ ਮੈਂ ਖੁਦ ਦਾ ਐਗਜ਼ਾਮਪਲ ਲੈ ਲੈਣਾ, ਜਿਸ ਚੀਜ਼ ਦੀ ਮੈਂ ਡਿਮਾਂਡ ਕਰਿਆ ਅਗਰ ਉਹ ਚੀਜ਼ ਮੈਨੂੰ ਮਿਲੇਗੀ ਤਾਂ ਹੀ ਮੈਂ ਸੈਟੀਸਫਾਈ ਹੋਊਂਗਾ ਨਾ। ਜੇ ਤੁਸੀਂ ਕਿਸੇ ਚੀਜ਼ ਦੀ ਡਿਮਾਂਡ ਕਰ ਰਹੇ ਹੋ, ਜੇ ਮੈਂ ਸਿੰਪਲ ਐਗਜ਼ਾਮਪਲ ਦੇ ਤੌਰ ਤੇ ਲੈ ਲੈਣਾ ਹੈਗਾ, ਪਬਜੀ ਨਹੀਂ ਆਇਆ ਜੀ, ਤਾਂ ਮੈਂ ਜਿਵੇਂ ਐਗਜ਼ਾਮਪਲ ਲੈ ਲੈਣਾ ਵੀ ਜਿਸ ਜੇ ਮਤਲਬ ਕੋਈ ਵੀ ਬੱਚੇ ਨੇ ਆਈਫੋਨ ਮੰਗਿਆ, ਕਰਦਿਆਂ ਨੇ ਉਹਨੂੰ ਲਿਆ ਕੇ ਦੇਤਾ ਗਾ, ਕੋਈ ਛੋਟਾ ਫੋਨ ਲਿਆ ਤਾ ਜਿਵੇਂ ਬਟਨ ਵਾਲਾ ਫੋਨ ਲਿਆ ਤਾ, ਕਿ ਉਹ ਸੈਟੀਸਫਾਈ ਹੋਊਗਾ? ਤਾਂ ਪਲਾਂਟ ਵੀ ਤਾਂ ਕਿਵੇਂ ਸੈਟੀਸਫਾਈ ਹੋ ਜਾਊਗਾ, ਉਹਨੂੰ ਨਾਈਟ੍ਰੋਜਨ ਚਾਹੀਦਾ, ਤੁਸੀਂ ਦੇ ਕੀ ਰਹੇ ਹੋ। ਤਾਂ ਸੈਕਿੰਡ ਇਹਨਾਂ ਨੇ ਕਿਹਾ ਵੀ ਜੋ ਨਿਊਟ੍ਰੈਂਟ ਪਲਾਂਟ ਨੂੰ ਚਾਹੀਦਾ ਉਹੀ ਸਪਲਾਈ ਕਰਨਾ ਪਊਗਾ। ਔਰ ਫਿਰ ਇਹਨਾਂ ਨੇ ਕਿਹਾ ਵੀ ਜੋ 17 ਨਿਊਟ੍ਰੈਂਟ ਹੈ ਇਹਨਾਂ ਦੇ ਬਿਨਾਂ ਪਲਾਂਟ ਆਪਣੀ ਲਾਈਫ ਪੂਰੀ ਨਹੀਂ ਕਰ ਸਕਦਾ। ਤਾਂ ਕਹਿੰਦਾ ਵਿਦਆਊਟ 17th ਨਿਊਟ੍ਰੈਂਟ, ਤਾਂ ਕਹਿੰਦਾ ਵਿਦਆਊਟ 17 ਨਿਊਟ੍ਰੈਂਟ ਪਲਾਂਟ ਕੈਨ ਨੋਟ ਕੰਪਲੀਟਡ ਲਾਈਫ। ਠੀਕ ਹੈ ਜੀ। ਉਸ ਦੇ ਬਾਅਦ ਹੋਰ ਕੀ ਕਿਹਾ ਇਹਨਾਂ ਨੇ? ਜਿਸ ਦੀ ਕਮੀ ਹੈ, ਡੈਫੀਸ਼ੀਐਂਸੀ ਆਫ ਸਪੈਸੀਫਿਕ ਨਿਊਟ੍ਰੈਂਟ ਆਰ ਸਪੈਸੀਫਿਕ ਨਿਊਟ੍ਰੈਂਟ ਆਰ ਓਵਰ ਕਮ ਬਾਈ ਸਪੈਸੀਫਿਕ ਫਰਟੀਲਾਈਜ਼ਰ। ਕਲੀਅਰ? ਤਾਂ ਇਹਨਾਂ ਨੇ ਫਿਰ ਆ ਕਿਹਾ, ਕਲੀਅਰ ਇੱਥੋਂ ਤੱਕ? ਉਸਦੇ ਬਾਅਦ ਇਹਨਾਂ ਨੇ ਕਿਹਾ ਵੀ ਜੋ ਨਿਊਟ੍ਰੈਂਟ ਹੈਗੇ ਉਹ ਸਾਰੇ ਦੇ ਸਾਰੇ ਪਲਾਂਟ ਦੇ ਕੋਈ ਨਾ ਕੋਈ ਫੰਕਸ਼ਨ ਨੂੰ ਕੰਟਰੋਲ ਕਰਦੇ। ਉਹ ਕਹਿੰਦਾ ਆਲ ਨਿਊਟ੍ਰੈਂਟ, ਯਾਨੀ 17 ਦੇ 17 ਆਲ ਨਿਊਟ੍ਰੈਂਟ ਇਨਵੋਲਵ ਇਨ ਪਲਾਂਟ ਮੈਟਾ
बोलिज्म एक्टिविटी। क्लियर। आर्नन एंड स्टूअर्ट्स ने की दिता आ कुछ किया, इथों थोड़े तो क्वेश्चंस नहीं पूछा जाऊगा। ਉਹ ਕਹਿੰਦਾ ਵੀ 17 ਨਿਊਟ੍ਰੈਂਟ ਆ ਉਹਨਾਂ ਦਾ ਹਿਸਾਬ ਦੋ ਕਿਹੜੇ ਕਿਹੜੇ ਹੈ, ਇੱਥੋਂ ਪੁੱਛਿਆ ਜਾਊਗਾ। ਕਲਾਸੀਫਿਕੇਸ਼ਨਸ ਆਫ ਨਿਊਟ੍ਰੈਂਟ, ਉਹ ਕਹਿੰਦਾ ਵੀ ਜਿਹੜੇ ਡਿਫਰੈਂਟ ਨਿਊਟ੍ਰੈਂਟ ਹੈਗੇ ਉਹ ਕਿਹੜੇ ਕਿਹੜੇ ਨਿਊਟ੍ਰੈਂਟ ਹੈ। ਤਾਂ ਪਹਿਲਾ ਨਿਊਟ੍ਰੈਂਟ ਹੈਗੇ ਜੋ ਪਲਾਂਟ ਨੂੰ ਚਾਹੀਦੇ ਹੀ ਚਾਹੀਦੇ, ਜਿਨ੍ਹਾਂ ਨੂੰ ਕਹਿੰਦੇ ਬੇਸਿਕ ਨਿਊਟ੍ਰੈਂਟ। ਬੇਸਿਕ ਦਾ ਮਤਲਬ ਹੁੰਦਾ ਜਿਹਦੇ ਬਿਨਾ ਲਾਈਫ ਨਹੀਂ ਚੱਲੂਗੀ ਜਾਂ ਜਿਹਦੇ ਬਿਨਾ ਬਿਲਕੁਲ ਵੀ ਮਾਮਲਾ ਸੈੱਟ ਨਹੀਂ ਹੋਊਗਾ। ਮਤਲਬ ਮੋਰ ਇੰਪੋਰਟੈਂਟ ਫੋਰ ਪਲਾਂਟ ਸਟਰਕਚਰਲ ਐਂਡ ਫੰਕਸ਼ਨਲ, ਤਾਂ ਸਟਰਕਚਰ ਦੇ ਲਈ ਜ਼ਰੂਰੀ ਹੁੰਦੇ, ਉਹਨਾਂ ਨੂੰ ਕੀ ਕਹਿੰਦੇ ਬੇਸਿਕ ਨਿਊਟ੍ਰੈਂਟ ਕਹਿੰਦੇ, ਜੋ ਹੈਗੇ ਕਾਰਬਨ ਹਾਈਡਰੋਜਨ ਆਕਸੀਜਨ। ਠੀਕ ਹੈ। ਆ ਜਿਹੜੇ ਬੇਸਿਕ ਨਿਊਟ੍ਰੈਂਟ ਹੈ ਇਹਦਾ ਦੂਜਾ ਨਾਂ ਹੈਗਾ ਪੁੱਤ ਸਟਰਕਚਰਲ। ਤਾਂ ਤੁਹਾਡੇ ਤੇ ਕੁਐਸਚਨ ਪੁੱਛਿਆ ਜਾਂਦਾ ਸਟਰਕਚਰਲ ਨਿਊਟ੍ਰੈਂਟ ਦੱਸੋ ਵੀ ਕਿਹੜਾ ਹੈਗਾ। ਉਹ ਕਹਿੰਦਾ ਵੀ ਆ ਪਲਾਂਟ ਨੂੰ ਮਿਲਣਗੇ ਕਿਸ ਤੋਂ, ਤਾਂ ਕਾਰਬਨ ਮਿਲੂਗਾ ਏਅਰ ਤੋਂ, ਕਿਸ ਤੋਂ ਮਿਲੂਗਾ ਹਾਈਡਰੋਜਨ ਮਿਲੂਗਾ ਵਾਟਰ ਤੋਂ, ਆਕਸੀਜਨ ਮਿਲੂਗਾ ਏਅਰ ਐਂਡ ਵਾਟਰ ਦੋਨਾਂ ਤੋਂ ਮਿਲੂਗਾ। ਤਾਂ ਉਹ ਕਹਿੰਦਾ ਇਹਨਾਂ ਦੇ ਸੋਰਸ ਦੱਸੋ। ਕਲੀਅਰ। ਉਸ ਦੇ ਬਾਅਦ ਜੋ ਜ਼ਿਆਦਾ ਅਮਾਊਂਟ 'ਚ ਚਾਹੀਦੇ ਹੈ, ਕੋਈ ਵੀ ਚੀਜ਼ ਅਗਰ ਜ਼ਿਆਦਾ ਅਮਾਊਂਟ 'ਚ ਚਾਹੀਦੀ ਹੈ ਤਾਂ ਉਹਨੂੰ ਕਹਿੰਦੇ ਮੈਕਰੋ। ਤਾਂ ਨੈਕਸਟ ਹੈਗੇ ਮੈਕਰੋ ਨਿਊਟ੍ਰੈਂਟ। ਉਹ ਕਹਿੰਦਾ ਮੈਕਰੋ ਨਿਊਟ੍ਰੈਂਟ ਮੀਨਸ, ਉਹ ਕਹਿੰਦਾ ਵੀ ਆ ਜਿਹੜੇ ਜ਼ਿਆਦਾ ਅਮਾਊਂਟ 'ਚ ਚਾਹੀਦੇ। ਉਹ ਕਹਿੰਦਾ ਮੈਕਰੋ ਜਿਹੜੇ ਦੋ ਹੈਗੇ, ਮੈਕਰੋ ਕਿੰਨੇ ਟਾਈਪ ਦੇ ਪੁੱਤ? ਪਹਿਲਾ ਹੈਗਾ ਪ੍ਰਾਇਮਰੀ। ਤਾਂ ਤੁਹਾਡੇ ਤੋਂ ਕੁਐਸਚਨ ਪੁੱਛਿਆ ਪ੍ਰਾਇਮਰੀ ਨਿਊਟ੍ਰੈਂਟ ਦੱਸੋ ਬਈ, ਤਾਂ ਪ੍ਰਾਇਮਰੀ ਨਿਊਟ੍ਰੈਂਟ ਕਿਹੜਾ ਹੈਗਾ? ਐਨਪੀਕੇ, ਨਾਈਟ੍ਰੋਜਨ ਫਾਸਫੋਰਸ ਔਰ ਪੋਟਾਸ। ਫਿਰ ਤੁਹਾਡੇ ਤੋਂ ਪੁੱਛੂਗਾ ਸੈਕੰਡਰੀ ਨਿਊਟ੍ਰੈਂਟ ਦੱਸੋ, ਤਾਂ ਜੋ ਸੈਕੰਡਰੀ ਹੈਗਾ ਉਹ ਹੈਗਾ ਕੈਲਸ਼ੀਅਮ ਸਲਫਰ ਔਰ। ਕਲੀਅਰ ਇੱਥੋਂ ਤੱਕ? ਉਸਦੇ ਬਾਅਦ ਹੈਗੇ ਮਾਈਕਰੋ। ਮਾਈਕਰੋ ਦਾ ਮਤਲਬ ਜੋ ਲੈਸ ਅਮਾਊਂਟ 'ਚ ਚਾਹੀਦੇ ਹੈ, ਤਾਂ ਮਾਈਕਰੋ ਨਿਊਟ੍ਰੈਂਟ। ਉਹ ਕਹਿੰਦਾ ਵੀ ਮਾਈਕਰੋ ਨਿਊਟ੍ਰੈਂਟ ਕਿਹੜੇ ਕਿਹੜੇ ਹੈ, ਤਾਂ ਦੇਖੋ ਬੱਚੇ ਕਿਹੜੇ ਹੈ। ਪਹਿਲਾ ਹੈਗਾ ਆਇਰਨ, ਦੂਜਾ ਹੈਗਾ ਬੋਰੋਨ, ਜ਼ਿੰਕ, ਉਸਦੇ ਬਾਅਦ ਹੈਗਾ ਮੋਲੀਬਡੇਨਮ, ਫਿਰ ਹੈਗਾ ਐਮਐਨ, ਕਲੋਰੀਨ, ਉਸਦੇ ਬਾਅਦ ਹੈਗਾ ਨਿਕਲ, ਕਿਹੜਾ ਹੈਗਾ, ਔਰ ਉਹਦੇ ਬਾਅਦ ਹੈਗਾ ਕੋਪਰ। ਗੁੱਡ। ਕਾਊਂਟ ਕਰੋ, ਹੋ ਗਏ 17, 3 3 6 3 3 9 10 11 12 13 14 15 16 17 ਹੋ ਗਏ ਪੂਰੇ। ਕਲੀਅਰ। ਅਬ ਇੱਥੋਂ ਤੁਹਾਡੇ ਤੋਂ ਕੁਐਸਚਨਸ ਕੀ ਆਊਗਾ, ਮੈਂ ਇੱਥੇ ਮੈਂ ਟੋਪਿਕਸ ਨੂੰ ਜੋ ਕਲਾਸ 'ਚ ਪੜ੍ਹਾਇਆ ਸੀ ਜੋ ਨੋਟਸ 'ਚ ਉਹਨੂੰ ਸਮਰਾਈਜ਼ ਫਾਰਮ 'ਚ ਲੈ ਕੇ ਜਾਊਂਗਾ, ਯਾਨੀ ਮੈਂ ਡਾਇਰੈਕਟਲੀ ਕੁਐਸਚਨ ਨੂੰ ਹਿੱਟ ਕਰੂੰਗਾ ਵੀ ਕੁਐਸਚਨ ਕਿੱਦਾਂ ਦਾ ਆਊਗਾ। ਤੁਹਾਡੇ ਤੋਂ ਦੋ ਤਰ੍ਹਾਂ ਦੇ ਕੁਐਸਚਨਸ ਆਉਣਗੇ, ਔਰ ਮੈਂ ਇੱਕ ਪੈਰਲਰ ਬਾਈ ਚਾਂਸ ਆ ਸਕਦਾ ਤਾਂ ਮੈਂ 3 ਐਡ ਕਰ ਦੇਣਾ। ਉਸ ਨਿਊਟ੍ਰੈਂਟ ਦਾ ਫੰਕਸ਼ਨ ਕੀ ਹੈਗਾ, ਉਹਦੀ ਅਗਰ ਕਮੀ ਹੋਗੀ ਤਾਂ ਕਿਸ ਚੀਜ਼ ਦੇ ਆਪਣੇ ਪ੍ਰੋਬਲਮ ਆਣਗੀਆਂ, ਔਰ ਡੈਫੀਸ਼ੀਐਂਸੀ ਦਾ ਪਤਾ ਕਿਵੇਂ ਚੱਲੂਗਾ, ਮਤਲਬ ਸਿੰਪਟਮਸ, ਫੰਕਸ਼ਨਸ ਔਰ ਫਿਜ਼ੀਓਲੋਜੀਕਲ ਡਿਸਆਰਡਰ। ਇਨ 3 ਚੀਜ਼ਾਂ ਤੇ ਫੋਕਸ ਰੱਖਣਾ ਤੁਸੀਂ, ਸਮਝ ਗਏ? ਕੁਛ ਦੀ ਇੰਪੋਰਟੈਂਟ ਹੋਊਗੀ ਅਪਟੇਕ ਫੋਰਮ, ਉਹ ਮੈਂ ਤੁਹਾਨੂੰ ਨਾਲ ਨਾਲ ਦੱਸਦਾ ਜਾਊਂਗਾ। ਤਾਂ ਆਪਾਂ ਕਰ ਰਹੇ ਹਾਂ ਫੰਕਸ਼ਨਸ ਆਫ ਨਿਊਟ੍ਰੈਂਟ, 1 by 1 ਕਰਕੇ ਅਸੀਂ ਡਿਸਕਸ ਕਰਾਂਗੇ। ਠੀਕ ਹੈ ਜੀ। ਤਾਂ ਫੰਕਸ਼ਨਸ ਆਫ ਨਿਊਟ੍ਰੈਂਟ 'ਚ ਅਸੀਂ ਲੈ ਰਹੇ ਹਾਂ, ਪਹਿਲਾ ਲੈ ਰਹੇ ਹਾਂ ਨਾਈਟ੍ਰੋਜਨ। ਕੀ ਲੈ ਰਹੇ ਹਾਂ ਬੱਚੇ? ਨਾਈਟ੍ਰੋਜਨ। ਠੀਕ ਹੈ ਜੀ। ਤਾਂ ਪਹਿਲਾਂ ਲੈ ਰਹੇ ਅਸੀਂ ਨਾਈਟ੍ਰੋਜਨ। ਉਹ ਕਹਿੰਦਾ ਵੀ ਜਿਹੜਾ ਨਾਈਟ੍ਰੋਜਨ ਹੈ, ਤਾਂ ਤੁਸੀਂ ਪਿੱਛੇ ਬੱਚੇ ਡੀਐਨਏ ਪੜਿਆ ਸੀਗਾ। ਕੀ ਪੜਿਆ ਸੀਗਾ? ਡੀਐਨਏ 'ਚ ਤੁਸੀਂ ਪੜਿਆ ਸੀ
ਨਾਈਟ੍ਰੋਜਨ ਬੇਸਡ, ਇਟ ਇਜ਼ ਪ੍ਰੈਜ਼ੈਂਟ ਇਨ ਡੀਐਨਏ, ਕਿਉਂਕਿ ਡੀਐਨਏ 'ਚ ਨਾਈਟ੍ਰੋਜਨ ਬੇਸ ਹੁੰਦੇ, ਆਰਐਨਏ 'ਚ ਨਾਈਟ੍ਰੋਜਨ ਬੇਸ ਹੁੰਦੇ, ਐਂਡ ਪ੍ਰੋਟੀਨ, ਕਿਉਂਕਿ ਪ੍ਰੋਟੀਨ ਹੁੰਦੇ ਪੁੱਤ ਪੋਲੀਪੈਪਟਾਈਡ ਆਫ ਅਮਾਈਨੋ ਐਸਿਡ। ਔਰ ਤੁਸੀਂ ਉਧਰ ਥੋੜਾ ਬਹੁਤ ਕੈਮਿਸਟਰੀ 'ਚ ਅਮਾਈਡ ਗਰੁੱਪ ਦੇ ਬਾਰੇ ਪੜ੍ਹਿਆ ਹੋਊ। ਔਰ ਅਮਾਈਡ ਗਰੁੱਪ ਜਾਂ ਅਮੋਨੀਆ ਗਰੁੱਪ ਕਿਹੜਾ ਹੈਗਾ? ਨਾਈਟ੍ਰੋਜਨ ਦਾ, ਸਮਝੇ? ਤਾਂ ਤਿੰਨਾਂ ਦੇ ਅੰਦਰ ਹੁੰਦੀ ਹੈ। ਤਾਂ ਤੁਹਾਡੇ ਤੋਂ ਪੁੱਛਿਆ ਵੀ ਨਾਈਟ੍ਰੋਜਨ ਕਿਸ 'ਚ ਹੁੰਦੀ ਹੈ? ਡੀਐਨਏ 'ਚ ਹੁੰਦੀ ਹੈ, ਆਰਐਨਏ 'ਚ ਹੁੰਦੀ ਹੈ, ਪ੍ਰੋਟੀਨ 'ਚ ਹੁੰਦੀ ਹੈ। ਉਹ ਕਹਿੰਦਾ ਵੀ ਨਾਈਟ੍ਰੋਜਨ ਓਪਨ ਇਨਵਾਇਰਮੈਂਟ ਦੇ ਅੰਦਰ 78.08% ਹੈਗਾ। ਕਿੰਨਾ ਹੈਗਾ? ਓਪਨ ਇਨਵਾਇਰਮੈਂਟ, ਤਾਂ ਮੈਂ ਸਿੱਧਾ ਲਿਖਦਾ ਏਟੀਐਮ। ਏਟੀਐਮ ਦਾ ਮਤਲਬ ਸਮਝੋਗੇ ਪੁੱਤ? ਤਾਂ ਉਹ ਕਹਿੰਦਾ ਵੀ ਏਟੀਐਮ ਦੇ ਅੰਦਰ ਕਿੰਨਾ, ਏਟੀਐਮ ਮਤਲਬ ਐਟਮੋਸਫੇਅਰ, ਤਾਂ ਕਹਿੰਦਾ ਏਟੀਐਮ ਮਤਲਬ ਐਟਮੋਸਫੇਅਰ ਦੇ ਅੰਦਰ ਕਿੰਨਾ ਨਾਈਟ੍ਰੋਜਨ ਹੈਗਾ? ਤਾਂ ਐਟਮੋਸਫੇਅਰ ਦੇ ਅੰਦਰ 78.08% ਹੈ। ਫਿਰ ਵੀ ਪਲਾਂਟ ਉਹਨੂੰ ਅਪਟੇਕ ਨਹੀਂ ਕਰ ਰਿਹਾ, ਜਾਂ ਪਲਾਂਟ ਨੂੰ ਸਾਨੂੰ ਨਾਈਟ੍ਰੋਜਨ ਦੇਣਾ ਪੈ ਰਿਹਾ। ਕਿਉਂ ਬਈ? ਕਿਉਂਕਿ ਪਲਾਂਟ ਇਸ ਫੋਰਮ 'ਚ ਲੈਂਦਾ ਹੀ ਨਹੀਂ ਗਾ। ਤਾਂ ਕਹਿੰਦਾ ਫਿਰ ਨਾਈਟ੍ਰੋਜਨ ਦਾ ਅਪਟੇਕ ਫੋਰਮ ਦੱਸੋ। ਆਹ ਧਿਆਨ ਰੱਖਣਾ ਕੁਛ ਵੀ ਪਲਾਂਟ ਜਿਹੜਾ ਅਪਟੇਕ ਫੋਰਮ ਆਫ ਨਾਈਟ੍ਰੋਜਨ ਇਨ ਪਲਾਂਟ, ਤਾਂ ਕਹਿੰਦਾ ਵੀ ਪਲਾਂਟ ਦੇ ਅੰਦਰ ਨਾਈਟ੍ਰੋਜਨ ਕਿਸ ਫੋਰਮ ਦੇ ਅੰਦਰ ਅਪਟੇਕ ਹੋਊਗਾ ਪੁੱਤ? ਤਾਂ ਨਾਈਟ੍ਰੇਟ ਕਿਸ ਫੋਰਮ ਦੇ ਅੰਦਰ? ਵਰਡਿੰਗ 'ਚ ਯਾਦ ਰੱਖਣਾ, ਕਿਉਂਕਿ ਉੱਥੇ ਆਊਗਾ ਨਾਈਟ੍ਰਾਈਟ, ਨਾਈਟ੍ਰੇਟ, ਨਾਈਟਰਸ। ਤਾਂ NO3- ਨੂੰ ਕੀ ਬੋਲੋਗੇ? ਨਾਈਟ੍ਰੇਟ ਫੋਰਮ ਦੇ ਅੰਦਰ ਅਪਟੇਕ ਕਰਦਾ ਗਾ। ਅਬ ਉਹ ਕਹਿੰਦਾ ਵੀ ਨਾਈਟ੍ਰੋਜਨਸ ਦਾ ਜਿਹੜਾ ਸੋਰਸ ਆ ਉਹ ਯੂਰੀਆ ਹੈਗਾ। ਕੀ ਹੈਗਾ? ਤੁਹਾਡੇ ਤੋਂ ਪੁੱਛਿਆ ਜਾਊ ਵੀ ਇੰਡੀਆ ਦੇ ਅੰਦਰ ਕਿੱਦਾਂ ਦਾ ਯੂਰੀਆ ਬਣਦਾ ਹੈਗਾ? ਉਹ ਕਹਿੰਦਾ ਵੀ ਯੂਰੀਆ ਨਾਈਟ੍ਰੋਜਨ ਦਾ ਸੋਰਸ ਹੈਗਾ। ਪਹਿਲਾਂ ਪੁੱਛੂਗਾ ਯੂਰੀਆ ਦੇ ਅੰਦਰ ਨਾਈਟ੍ਰੋਜਨ ਕਿੰਨਾ ਪਰਸੈਂਟ ਹੁੰਦਾ ਹੈਗਾ? 46% ਹੁੰਦਾ ਹੈਗਾ। ਔਰ ਵਿਚ ਟਾਈਪਸ ਆਫ ਯੂਰੀਆ ਪ੍ਰੋਡਿਊਸ ਇਨ ਇੰਡੀਆ? ਠੀਕ ਹੈ ਜੀ, ਕੀ ਪੁੱਛਿਆ ਜਾਊਗਾ? ਤਾਂ ਵਿਚ ਟਾਈਪਸ ਆਫ ਯੂਰੀਆ, ਤਾਂ ਵਿਚ ਟਾਈਪਸ ਆਫ ਯੂਰੀਆ ਪ੍ਰੋਡਿਊਸ ਇਨ ਇੰਡੀਆ? ਤਾਂ ਇਹਦੇ ਉੱਤੇ ਕੀ ਨੀਮ ਦੀ ਕਵਰਿੰਗ ਕੀਤੀ ਜਾਂਦੀ ਹੈ। ਔਰ ਜਦੋਂ ਆਪਾਂ ਕਿਸੇ ਚੀਜ਼ ਦੀ ਕੋਈ ਆਪਾਂ ਕਵਰਿੰਗ ਕਰਦੇ ਨਾ ਉਹਨੂੰ, ਕੀ ਕਹਿੰਦੇ? ਕੋਟਿੰਗ। ਤਾਂ ਕਿੱਦਾਂ ਦਾ ਪ੍ਰੋਡਿਊਸ ਕੀਤਾ ਜਾ ਰਿਹਾ? ਨੀਮ ਕੋਟਡ ਯੂਰੀਆ। ਉਹ ਕਹਿੰਦਾ ਵਿਚ ਟਾਈਪਸ ਆਫ ਯੂਰੀਆ ਪ੍ਰੋਡਿਊਸ ਇਨ ਇੰਡੀਆ? ਨੀਮ ਕੋਟਡ ਯੂਰੀਆ। ਲੇਕਿਨ ਹੁਣ ਪ੍ਰੈਜੈਂਟ ਟਾਈਮ ਦੇ ਅੰਦਰ, ਆਹ ਤਾਂ ਕੁਐਸਚਨ ਦਾ ਰਿਪਲਾਈ ਹੋ ਗਿਆ ਵੀ ਇਹਦਾ। ਆ ਪੁੱਛਿਆ ਵੀ ਪ੍ਰੈਜੈਂਟ ਟਾਈਮ 'ਚ ਕਿੱਦਾਂ ਦਾ ਯੂਰੀਆ ਪ੍ਰੋਡਿਊਸ ਕੀਤਾ ਜਾ ਰਿਹਾ? ਤਾਂ ਹੁਣ ਸਲਫਰ ਕੋਟਡ ਕੀਤਾ ਜਾ ਰਿਹਾ। ਕਿੱਦਾਂ ਦਾ ਕੀਤਾ ਜਾ ਰਿਹਾ ਪੁੱਤ? ਤਾਂ ਆਨਲਾਈਨ ਵਾਲੇ ਬੱਚੇ ਮੈਸੇਜ ਡ੍ਰੌਪ ਕਰ ਦਿਓ, ਰੈੱਡ ਮਾਰਕਰ ਤੋਂ ਤੁਹਾਨੂੰ ਦੇਖਣ 'ਚ ਕੋਈ ਪ੍ਰੋਬਲਮ ਹੈਗੀ? ਹੈਗੀ ਤਾਂ ਮੈਸੇਜ ਡ੍ਰੌਪ ਕਰ ਦਿਓ, ਨਹੀਂ ਹੈਗਾ ਤਾਂ ਕੁਛ ਮੈਸੇਜ ਡ੍ਰੌਪ ਨਾ ਕਰਿਓ। ਤਾਂ ਤੁਹਾਡੇ ਤੋਂ ਪੁੱਛਿਆ ਜਾਊਗਾ ਵੀ ਹੁਣ ਕਿਹੜਾ ਹੈਗਾ? ਤਾਂ ਕਹਿੰਦਾ ਵੀ ਪ੍ਰੈਜੈਂਟ ਟਾਈਮ ਦੇ ਅੰਦਰ, ਤਾਂ ਕਹਿੰਦਾ ਇਨ ਪ੍ਰੈਜੈਂਟ ਟਾਈਮ ਕਿੱਦਾਂ ਦਾ ਯੂਰੀਆ ਪ੍ਰੋਡਿਊਸ ਹੋ ਰਹੇਗਾ? ਸਲਫਰ ਕੋਟਡ। ਔਰ ਜਿਹੜਾ ਸਲਫਰ ਕੋਟਡ ਯੂਰੀਆ ਹੈ ਉਹਨੂੰ ਕਹਿੰਦੇ ਪੁੱਤ ਗੋਲਡ ਯੂਰੀਆ। ਕਿਹੜਾ ਯੂਰੀਆ? ਤਾਂ ਤੁਹਾਡੇ ਤੋਂ ਪੁੱਛਿਆ ਵੀ ਗੋਲਡ ਯੂਰੀਆ ਕੀ ਹੈਗਾ? ਤਾਂ ਉਹ ਕਹਿੰਦਾ ਵੀ ਜਿਹੜਾ ਗੋਲਡ ਯੂਰੀਆ ਹੈ ਉਹ ਸਲਫਰ ਕੋਟਡ ਹੈਗਾ। ਐਡ ਕਰਨ ਦੀ ਜ਼ਰੂਰਤ ਨਹੀਂ, ਮੈਂ ਆਊਟ ਪੁਆਇੰਟ ਲਊਂਗਾ, ਮਤਲਬ ਸਮਝ ਗਏ ਨਾ? ਯਾਨੀ ਜੋ ਇੰਪੋਰਟੈਂਟ ਪੁਆਇੰਟ ਆ ਉਹ ਗਰੁੱਪ 'ਚ ਬਣਾ ਕੇ ਭੇਜਾਂਗੇ, ਤੁਹਾਨੂੰ ਵੈਸੇ ਲਿਖਾਵਾਂਗੇ, ਸਮਝ ਗਏ? ਤਾਂ ਪ੍ਰੈਜੈਂਟ ਟਾਈਮ 'ਚ ਸਲਫਰ ਕੋਟਡ ਪ੍ਰੋਡਿਊਸ ਹੋ ਰਿਹਾ, ਉਹ ਕੀ ਕਹਿੰਦੇ ਪੁੱਤ? ਸਲਫਰ ਕੋਟਡ ਨੂੰ। ਔਰ ਵੈਸੇ ਕਿਹੜਾ ਪ੍ਰੋਡਿਊਸ ਕੀਤਾ ਜਾ ਰਿਹਾ ਕਾਮਨਲੀ? ਨੀਮ ਕੋਟਡ ਯੂਰੀਆ। ਨੀਮ ਕੋਟਡ ਯੂਰੀਆ ਆਰ ਪ੍ਰੋਡਿਊਸ ਇਨ ਇੰਡੀਆ। ਲੇਕਿਨ ਉਹ ਕਹਿੰਦਾ ਵੀ ਪਲਾਂਟ ਨਾਈਟ੍ਰੋਜਨ ਜਿਹੜਾ ਹੈਗਾ ਕਿਸ ਫੋਰਮ 'ਚ ਲੈ ਰਿਹਾ ਹੈਗਾ? ਤਾਂ ਕਹਿੰਦਾ ਵੀ ਪਲਾਂਟ ਜਿਹੜਾ ਇਸ ਫੋਰਮ 'ਚ ਲੈ ਰਿਹਾ ਹੈ।
तो कहना नाइट्रोजन अवेलेबल फ्रॉम यूरिया, की पूछूगा भी नाइट्रोजन अवेलेबल फ्रॉम यूरिया, तो कहना यूरिया तो नाइट्रोजन किस फॉर्म से मिलूगा, ठीक है जी। तो नाइट्रोजन अवेलेबल फ्रॉम यूरिया, तो यूरिया तो पूछा जावे तो अमाइड फॉर्म से, किस फॉर्म से, ठीक है जी, अमाइड फॉर्म दे अंदर। उस दे बाद मैं दोबारा लिख रहेगा अपटेक फॉर्म ऑफ यूरिया, अब इतने थोड़ा ध्यान नाल चलना है, ठीक है जी। क्वेश्चन आया अपटेक फॉर्म ऑफ यूरिया, सुन लो पहला, अगर कोई एक ऑप्शन चूज करना पे रहे तो नाइट्रेट, क्योंकि नाइट्रेट जेड़ा है मोस्ट कॉमन अपटेक फॉर्म है, आ की हैगा पुत्र मोस्ट कॉमन हैगा, और वैसे थोड़े तो पूछा जाए अपटेक फॉर्म तो कहता भी नाइट्रेट हैगा, नाइट्रेट की हैगा पुत्र मोस्ट कॉमन हैगा, मोस्ट कॉमन मतलब भी मोस्टली इसके अंदर ही अपटेक करूंगा, और दूजा हैगा अमोनिया। तो देखो नाइट्रोजन एनओ थ्री माइनस से अपटेक हो रहा है, एनएच फोर प्लस से अपटेक हो रहा है, एदा मतलब पॉजिटिव नेगेटिव दोनों चार्ज से अपटेक हो रहा है, और जो कोरोई क्रोप किसी भी न्यूट्रेंट नु पॉजिटिव या नेगेटिव चार्ज से अपटेक कर दी है, या तुसी थोड़ा बहुत पढ़ा भी पॉजिटिव चार्ज है तो की कहेंगे, नेगेटिव चार्ज है तो की कहेंगे, पढ़ा कुछ केटाइन एनाइन, तो क्वेश्चन आऊगा भी केड़ा न्यूट्रेंट हैगा जेड़ा केटाइन और एनाइन बोथ फॉर्म से अपटेक होंगे, तो ओनली नाइट्रोजन हैगा जेड़ा केटाइन और एनाइन बोथ फॉर्म दे अंदर अपटेक होंगे, समझ गए। तो तुसी क्या भी नाइट्रोजन जेड़ा गा ओपन इनवायरमेंट दे अंदर किन्ना हैगा पुत 78, तो कहिंदा फिर भी सानू प्लांट नू नाइट्रोजन देना पैंदा, क्यों, क्योंकि प्लांट अपटेक करदा इस फॉर्म दे अंदर। तुसी क्या भी नाइट्रोजन दा जेड़ा सोर्स हैगा यूरिया हैगा, तो थोड़े तो क्वेश्चन पूछा जाऊगा नाइट्रोजन परसेंटेज इन यूरिया, ठीक है जी। कई बार रंग भी पूछ लेंदे यूरिया किस रंग दी होंदी है, तो चिट्टे रंग दी होंदी, किदा दी, वाइट कलर दी। वो कहना विच टाइप्स ऑफ यूरिया प्रोड्यूस इन इंडिया, तो इंडिया दे अंदर किदा दी, नीम कोटेड, वो कहता भी जी सल्फर कोटेड यूरिया उन्हों की कहते, तो सल्फर कोटेड नु की कह रहे पुत, फिर वो कहना नाइट्रोजन अवेलेबल फ्रॉम यूरिया, तो यूरिया तो किस फॉर्म तो मिलता है, वो कहता अपटेक फॉर्म ऑफ नाइट्रोजन, तो अगर पूछा मोस्ट कॉमन, और अगर पूछा अमोनिया, और अगर पूछा अमोनिया किस क्रॉप दे अंदर लेंदी है, तो राइस, क्योंकि राइस से पहला पानी भरिया होता है, तो अर्ली स्टेज से अमोनिया लेगा, एंड स्टेज से नाइट्रेट लेगा। और तुसी क्या भी जदों पॉजिटिव और नेगेटिव दोनों चार्ज से लेंदी है तो उन्हों की कहते हैं केटाइन एंड एनाइन। तो क्वेश्चन आऊगा विच न्यूट्रेंट आर अवेलेबल फ्रॉम बोथ केटाइन एंड एनाइन फॉर्म, तो कहना केटाइन और एनाइन फॉर्म से केड़ा अवेलेबल हो रहेगा, समझ गए तो तक। अब दोबारा होता तुसी पहला पढ़ रहे हो फंक्शंस ऑफ यूरिया, तो पहला फंक्शंस की है जेनेटिक मटेरियल हैगा, किदा पार्ट हैगा, क्योंकि जेनेटिक्स मटेरियल हैगा। दूसरा फंक्शंस की हैगा एक्सेस ऑफ नाइट्रोजन आर इंक्रीज ससेप्टिबिलिटी, ससेप्टिबिलिटी का मतलब समझ लेना प्रॉब्लम्स आनी स्टार्ट हो जाते, ससेप्टिबिलिटी टू डिजीज एंड इंसेक्ट पेस्ट, यानी वो कहता अगर यूरिया वध पाता ना तो डिजीज ज्यादा आन गया और इंसेक्ट पेस्ट ज्यादा आने गए, क्लियर।
ਕਲੀਅਰ ਇੱਥੋਂ ਤੱਕ। ਉਸ ਦੇ ਬਾਅਦ ਨੈਕਸਟ ਅਬ ਇਸੈਂਸ਼ੀਅਲ ਨਿਊਟ੍ਰੈਂਟ ਹੈ ਤਾਂ ਵੀ ਪਲਾਂਟ ਗਰੋਥ ਐਂਡ ਡਿਵੈਲਪਮੈਂਟ ਵਾਸਤੇ ਤਾਂ ਚਾਹੀਦਾ ਹੀ ਚਾਹੀਦਾ ਹੋਊਗਾ। ਉਹਦੇ ਬਾਅਦ ਕੀ ਹੈ ਜਿਹੜਾ ਨਾਈਟ੍ਰੋਜਨ ਹੈਗਾ ਉਹ ਕਲੋਰੋਫਿਲ ਦਾ ਪਾਰਟ ਹੁੰਦਾ। ਤੁਹਾਡੇ ਤੋਂ ਪੁੱਛੇ ਵੀ ਕਲੋਰੋਫਿਲ ਦੇ ਅੰਦਰ ਕਿਹੜੇ ਕਿਹੜੇ ਨਿਊਟ੍ਰੈਂਟ ਹੁੰਦੇ ਆ, ਤਾਂ ਕਲੋਰੋਫਿਲ 'ਚ ਨਾਈਟ੍ਰੋਜਨ ਹੁੰਦਾ, ਐਮਜੀ ਹੁੰਦਾ, ਦੋਨੋਂ ਹੁੰਦੇ। ਤੁਹਾਡੇ ਤੋਂ ਪੁੱਛਿਆ ਸਟਰਕਚਰਲ ਕੰਪੋਨੈਂਟ ਆਫ ਕਲੋਰੋਫਿਲ, ਤਾਂ ਕੱਲਾ ਐਮਜੀ, ਕੱਲਾ, ਦੁਬਾਰਾ ਸੁਣ ਲਓ। ਤਾਂ ਕਹਿੰਦਾ ਜੋ ਯੂਰੀਆ ਹੈ ਕਿਹਦੇ ਵਾਸਤੇ ਚਾਹੀਦੀ ਹੈ, ਕਲੋਰੋਫਿਲ ਬਣਾਉਣ ਵਾਸਤੇ। ਤਾਂ ਇਟ ਰਿਕੁਆਇਰਡ ਫੋਰ ਕਲੋਰੋਫਿਲ ਸਿੰਥੇਸਿਸ। ਕਲੀਅਰ ਇੱਥੋਂ ਤੱਕ? ਆਨਲਾਈਨ ਵਾਲੇ ਬੱਚੇ ਸਕਰੀਨ ਦਾ ਪ੍ਰੂਫ ਰੀਡਿੰਗ ਲਓ, ਠੀਕ ਹੈ ਜੀ। ਅਬ ਤੁਹਾਨੂੰ ਤੁਸੀਂ ਕਿਹਾ ਵੀ ਨਾਈਟ੍ਰੋਜਨ ਜਿਹੜਾ ਕਲੋਰੋਫਿਲ ਦਾ ਪਾਰਟ ਹੈ, ਪਲਾਂਟ ਦੇ ਅੰਦਰ ਗ੍ਰੀਨ ਕਲਰ ਲਈ ਕਲੋਰੋਫਿਲ ਰਿਸਪੋਂਸੀਬਲ ਹੁੰਦਾ। ਕੌਣ ਰਿਸਪੋਂਸੀਬਲ ਹੁੰਦਾਗਾ? ਕਲੋਰੋਫਿਲ ਰਿਸਪੋਂਸੀਬਲ ਹੁੰਦਾ, ਠੀਕ ਹੈ ਜੀ। ਤਾਂ ਕਹਿੰਦਾ ਵੀ ਜਦੋਂ ਕਲੋਰੋਫਿਲ ਹਰੇ ਰੰਗ ਲਈ ਹੈਗਾ, ਤਾਂ ਜਦੋਂ ਤੱਕ ਕਲੋਰੋਫਿਲ ਹੈ ਤਾਂ ਪਲਾਂਟ ਹਰਾ ਹੋਊਗਾ। ਅਗਰ ਕਲੋਰੋਫਿਲ ਘਟ ਗਿਆ ਤਾਂ ਕੀ ਹੋ ਜਾਊਗਾ? ਪਲਾਂਟ ਯੈਲੋ ਹੋ ਜਾਊਗਾ। ਤਾਂ ਕਹਿੰਦਾ ਇਹਦੇ ਡੈਫੀਸ਼ੀਐਂਸੀ ਸਿੰਪਟਮਸ ਦੱਸੋ। ਕੀ ਕਹਿੰਦਾ ਵੀ ਇਹਦੇ ਡੈਫੀਸ਼ੀਐਂਸੀ ਸਿੰਪਟਮ? ਤਾਂ ਡੈਫੀਸ਼ੀਐਂਸੀ ਸਿੰਪਟਮ ਤਾਂ ਕੀ ਹੈਗੇ ਪੁੱਤ? ਤਾਂ ਕੀ ਹੋਊਗਾ? ਜੋ ਓਲਡ ਲੀਵਸ ਹੈ, ਔਰ ਓਲਡ ਲੀਵਸ ਦੇ ਉਬਲੀ ਕਰਕੇ ਕੀ ਲਿਖ ਦਾਂਗੇ ਅਸੀਂ? ਲੋਅਰ ਲੀਫ। ਔਰ ਪੂਰਾ ਅਸੀਂ ਇੱਦਾਂ ਲਿਖ ਦਾਂਗੇ, ਯੈਲੋਇੰਗ ਆਫ ਓਲਡ ਲੀਵਸ ਜਾਂ ਲੋਅਰ ਲੀਫ। ਪਲਾਂਟ ਦੇ ਪੁਰਾਣੇ ਪੱਤੇ ਪੀਲੇ ਪੈ ਰਹੇ ਹੈ ਜਾਂ ਲੋਅਰ ਲੀਵਸ ਯੈਲੋ ਹੋ ਰਿਹਾ, ਇਟ ਮੀਨਸ ਨਾਈਟ੍ਰੋਜਨ ਦੀ ਕਮੀ ਆ ਗਈ। ਤਾਂ ਕੁਐਸਚਨ ਆਊਗਾ ਵੀ ਨਾਈਟ੍ਰੋਜਨ ਦੇ ਸਿੰਪਟਮਸ ਕਿਸ ਤੇ ਆਉਂਦੇ, ਓਲਡ ਜਾਂ ਨਿਊ ਲੀਵਸ ਤੇ? ਤਾਂ ਕਿਸ ਤੇ ਆਉਂਦੇ ਹੈ? ਦੂਜਾ ਕੁਐਸਚਨ, ਨਾਈਟ੍ਰੋਜਨ ਦੇ ਸਿੰਪਟਮਸ ਦੱਸੋ ਤਾਂ ਯੈਲੋਇੰਗ। ਅਬ ਯੈਲੋਇੰਗ ਦੇ ਥਾਂ ਤੇ ਦੂਜਾ ਵਰਡ ਯੂਜ ਹੋ ਜਾਂਦਾ ਕਈ ਵਾਰ। ਜਦੋਂ ਪਲਾਂਟ ਗ੍ਰੀਨ ਟੂ ਯੈਲੋ ਹੋ ਰਿਹਾ, ਕਿਉਂ ਹੋ ਰਿਹਾ? ਕਿਉਂਕਿ ਉਸ ਗ੍ਰੀਨ ਕਲਰ ਦਾ ਲੋਸ ਹੋ ਗਿਆ। ਕਾਹਦਾ ਲੋਸ ਹੋ ਗਿਆ? ਔਰ ਉਸਨੂੰ ਕੀ ਕਹਿੰਦੇ ਪੁੱਤ? ਕਲੋਰੋਸਿਸ। ਕਲੋਰੋਸਿਸ ਮੀਨਸ ਲੋਸਿਸ ਆਫ ਗ੍ਰੀਨ ਕਲਰ। ਤਾਂ ਦੂਜਾ ਕੀ ਵਰਡ ਯੂਜ ਹੋਊਗਾ? ਕਲੋਰੋਸਿਸ ਆਫ ਓਲਡ ਲੀਵਸ। ਕਲੀਅਰ ਇੱਥੋਂ ਤੱਕ? ਉਸ ਦੇ ਬਾਅਦ ਅਗਰ ਨਾਈਟ੍ਰੋਜਨ ਦੀ ਕਮੀ ਹੋ ਗਈ ਤਾਂ ਨਾਈਟ੍ਰੋਜਨ ਡੈਫੀਸ਼ੀਐਂਸੀ, ਅਗਰ ਨਾਈਟ੍ਰੋਜਨ ਦੀ ਡੈਫੀਸ਼ੀਐਂਸੀ ਹੋ ਗਈ ਤਾਂ ਕੋਲੀਫਲਾਵਰ 'ਚ ਕੀ ਹੋ ਜਾਊਗਾ? ਬਟਨਿੰਗ ਆਫ ਕੋਲੀਫਲਾਵਰ। ਤੁਹਾਡੇ ਤੋਂ ਪੁੱਛਿਆ ਜਾਊ ਬਟਨਿੰਗ ਆਫ ਕੋਲੀਫਲਾਵਰ ਕੋਜੇਜ ਬਾਈ, ਠੀਕ ਹੈ ਜੀ। ਤਾਂ ਕੋਜੇਜ ਬਾਈ, ਤਾਂ ਨੈਕਸਟ ਆ ਗਿਆ ਸਾਡਾ ਫਿਜੀਓਲੋਜੀਕਲ ਡਿਸਆਰਡਰ। ਤਾਂ ਫਿਜੀਓਲੋਜੀਕਲ ਡਿਸਆਰਡਰ, ਕਲੀਅਰ? ਤਾਂ ਕੀ ਹੈਗਾ? ਨਾਈਟ੍ਰੋਜਨ ਡੈਫੀਸ਼ੀਐਂਸੀ ਅਗਰ ਹੈ ਤਾਂ ਪਹਿਲਾ ਡਿਸਆਰਡਰ ਕੀ ਆਊਗਾ ਪੁੱਤ? ਦੂਜਾ ਰੈਡ ਲੀਫ ਆਫ ਕੋਟਨ ਕੀ ਆ ਜਾਂਦਾ ਹੈਗਾ? ਅਬ ਆ ਕੋਟਨ ਦੇ ਅੰਦਰ ਡਾਊਟ 'ਚ ਹੈਗਾ, ਜਿਸ ਦਿਨ ਕੋਟਨ ਪੜਾਂਗੇ ਉੱਥੇ ਗੱਲ ਕਰਾਂਗੇ। ਇੱਕ ਵਾਰ ਯਾਦ ਰੱਖਣਾ, ਰੈਡ ਲੀਫ ਆਫ ਕੋਟਨ ਕੋਜੇਜ ਬਾਈ, ਠੀਕ ਹੈ ਜੀ। ਉਸ ਦੇ ਬਾਅਦ ਆ ਤਾਂ ਕੀ ਕਰ, ਨਾਈਟ੍ਰੋਜਨ ਦੀ ਅਗਰ ਕਮੀ ਹੈ ਤਾਂ ਸਿੱਧਾ ਕੁਐਸਚਨ ਸਾਹਿਬ, ਬਟਨਿੰਗ ਆਫ ਕੋਲੀਫਲਾਵਰ ਕੋਜੇਜ ਬਾਈ ਅਬ ਸਪੋਜ ਕਰੋ ਐਕਸੈਸ ਹੋ ਗਿਆ, ਤਾਂ ਐਕਸੈਸ ਆਫ ਨਾਈਟ੍ਰੋਜਨ, ਗਲਤੀ ਨਾਲ ਨਾਈਟ੍ਰੋਜਨ ਵੱਧ ਪੈ ਗਿਆ ਤੇ ਕੀ ਹੋ ਜਾਊਗਾ? ਹੋਲੋ ਹਾਰਟ। ਹੋਲੋ ਇਹਦਾ ਥੋੜੀ ਲਿਖਿਆ ਜਾਊਗਾ, ਆ ਤਾਂ ਹੋਲ ਹੋ ਗਿਆ,
ਹੋਲੋ ਹਾਰਟ ਆਫ ਪੋਟੇਟੋ। ਹੋਲੋ ਹਾਰਟ ਆਫ ਪੋਟੇਟੋ ਦਾ ਮਤਲਬ ਕੀ ਹੋਇਆ ਵੀ ਜੋ ਪੋਟੇਟੋ ਹੈ ਉਹ ਵਿਚਾਲੋ ਖੋਖਲਾ ਹੋ ਜੂਗਾ। ਕੀ ਹੋ ਜੂਗਾ? ਖੋਖਲਾ ਮਤਲਬ ਖਾਲੀ ਹੋ ਜੂਗਾ। ਠੀਕ ਹੈ ਜੀ, ਤਾਂ ਦੇਖੋ ਇਹਦਾ ਖੋਖਲਾ ਹੋ ਜੂ, ਇਦਾਂ ਹੋ ਜੂ। ਠੀਕ ਹੈ ਜੀ, ਇਹਨੂੰ ਕਹਿੰਦੇ ਹੋਲੋ ਹਾਰਟ ਆਫ ਪੋਟੇਟੋ। ਕਾਹਦੀ ਵਜ੍ਹਾ ਕਰਕੇ ਹੋ ਰਿਹਾ ਪੁੱਤ? ਐਕਸੈਸ ਆਫ ਨਾਈਟ੍ਰੋਜਨ। ਕਲੀਅਰ ਇੱਥੋਂ ਤੱਕ? ਤਾਂ ਪਹਿਲਾ ਨਾਈਟ੍ਰੋਜਨ ਕਲੀਅਰ ਹੋ ਗਿਆ। ਅਬ ਨੈਕਸਟ ਲੈ ਰਹੇ ਅਸੀਂ ਪੀ। ਪੀ ਮਤਲਬ ਫੋਸਫੋਰਸ। ਜੋ ਫੋਸਫੋਰਸ ਹੈ ਇਹਦੀ ਅਪਟੇਕ ਫਾਰਮ ਜਿਹੜਾ ਹੈਗਾ ਬੱਚੇ, ਠੀਕ ਹੈ ਜੀ, H2PO4 ਮਾਈਨਸ। ਮਾਈਨਸ ਆ ਗਿਆ ਤਾਂ ਮਤਲਬ ਕਿ ਕੇਟਾਇਨ ਹੀ ਆ, ਐਨਾਇਨ। ਮਾਈਨਸ ਆ ਗਿਆ ਤਾਂ ਕਿਸ ਫਾਰਮ ਚ ਅਪਟੇਕ ਕਰੇਗਾ? ਉਹ ਕਹਿੰਦਾ ਇਹਦੇ ਫੰਕਸ਼ਨਸ ਦੱਸੋ। ਤਾਂ ਉਹ ਕਹਿੰਦਾ ਵੀ ਜਿਹੜਾ ਫੋਸਫੋਰਸ ਹੈ ਕਿਸ ਦੇ ਅੰਦਰ ਪ੍ਰਜੈਂਟ ਹੁੰਦਾ ਗਾ? DNA ਦੇ ਅੰਦਰ ਹੁੰਦਾ ਗਾ, ਪ੍ਰਜੈਂਟ ਇਨ DNA, RNA। ਠੀਕ ਹੈ ਜੀ, RNA, ਪ੍ਰੋਟੀਨ। ਸ਼ੋਰ? ਪ੍ਰੋਟੀਨ ਚ ਨਹੀਂ ਹੁੰਦਾ, ਦੁਬਾਰਾ ਸੁਣ ਲਓ, ਪ੍ਰੋਟੀਨ ਚ ਨਹੀਂ ਹੁੰਦਾ। ਫਿਰ ਪ੍ਰੋਟੀਨ ਚ ਕੀ ਹੁੰਦਾ ਗਾ? ਸਲਫਰ। ਪ੍ਰੋਟੀਨ ਚ ਕੀ ਹੁੰਦਾ ਗਾ? ਜਾਂ ਪ੍ਰੋਟੀਨ ਚ ਹੋਰ ਕੀ ਹੁੰਦਾ ਗਾ? ਨਾਈਟ੍ਰੋਜਨ। ਕੁਐਸਚਨ ਆਉਂਦਾ ਵਿਚ ਨਿਊਟ੍ਰੈਂਟ ਆਰ ਪ੍ਰੈਜੈਂਟ ਇਨ ਪ੍ਰੋਟੀਨ, ਜਾਂ ਪੁੱਛਿਆ ਜਾਵੇ ਓਨਲੀ ਇਨ ਪ੍ਰੋਟੀਨ, ਤਾਂ ਸਲਫਰ। ਔਰ ਦੂਜਾ ਪ੍ਰੋਟੀਨ ਚ ਹੋਰ ਕੀ ਹੋਊਗਾ? ਨਾਈਟ੍ਰੋਜਨ। ਕਿਉਂ? ਕਿਉਂਕਿ ਪ੍ਰੋਟੀਨ ਪੋਲੀਪੈਪਟਾਈਡ ਆਫ ਅਮਾਈਨੋ ਐਸਿਡ ਹੁੰਦੇ। ਕਾਦੇ ਪੋਲੀਪੈਪਟਾਈਡ ਹੁੰਦੇ? ਤਾਂ ਕਹਿੰਦਾ ਪ੍ਰੋਟੀਨ ਚ ਕਿਹੜੇ ਨਿਊਟ੍ਰੈਂਟ? ਤਾਂ ਨਾਈਟ੍ਰੋਜਨ ਔਰ ਸਲਫਰ। ਉਹ ਕਹਿੰਦਾ DNA ਚ ਕਿਹੜਾ ਨਿਊਟ੍ਰੈਂਟ? ਉਹ ਕਹਿੰਦਾ ਨਾਈਟ੍ਰੋਜਨ ਔਰ ਫੋਸਫੋਰਸ। ਉਹ ਕਹਿੰਦਾ ਗਾ ਫੋਸਫੋਰਸ ਹੋਰ ਕਿਸ ਚ? ਤਾਂ ਕਹਿੰਦਾ DNA, RNA ਐਂਡ ATP। ਅਬ ATP ਜੋ ਹੈ ਬੱਚੇ ਐਨਰਜੀ ਕਰੰਸੀ ਹੈਗਾ। ATP ਕੀ ਹੈਗਾ? ਐਨਰਜੀ ਕਰੰਸੀ ਹੈਗਾ। ਇਸ ਲਈ ਇਸ ਨਿਊਟ੍ਰੈਂਟ ਨੂੰ ਕੀ ਕਿਹਾ ਜਾਂਦਾ ਪੁੱਤ? ਐਨਰਜੀ ਨਿਊਟ੍ਰੈਂਟ ਕਿਹਾ ਜਾਂਦਾ। ਕੀ ਕਿਹਾ ਜਾਂਦਾ ਗਾ? ਐਨਰਜੀ ਨਿਊਟ੍ਰੈਂਟ। ਅਬ ਐਨਰਜੀ ਦੇ ਉੱਤੇ ਹੀ ਸਾਰਾ ਕੁਝ ਡਿਪੈਂਡ ਕਰਦਾ, ਇਸ ਲਈ ਇਹਨੂੰ ਕਹਿੰਦੇ ਆ ਕੀ ਨਿਊਟ੍ਰੈਂਟ ਆਫ ਪਲਾਂਟ ਲਾਈਫ। ਕੀ ਨਿਊਟ੍ਰੈਂਟ ਆਫ ਪਲਾਂਟ ਲਾਈਫ ਕਹਿੰਦੇ ਹੈ। ਦੂਜਾ ਪਲਾਂਟ ਦੇ ਅੰਦਰ ਰੂਟ ਡਿਵੈਲਪਮੈਂਟ ਕਰਦਾ ਹੈਗਾ। ਤਾਂ ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾਊਗਾ, ਰੂਟ ਡਿਵੈਲਪਮੈਂਟ ਕਿਹੜਾ ਨਿਊਟ੍ਰੈਂਟ ਕਰਦਾ ਹੈਗਾ? ਅਬ ਧਿਆਨ ਨਾਲ ਸੁਣਿਓ, ਕੁਐਸਚਨ ਆਊਗਾ ਡਿਜੀਜ਼ ਰੈਜ਼ਿਸਟੈਂਸ ਕਿਹੜਾ ਨਿਊਟ੍ਰੈਂਟ ਕਰਦਾ ਹੈਗਾ। ਅਗਰ ਆਪਸ਼ਨ ਚ ਹੈਗਾ ਪੋਟਾਸ, ਕੀ ਹੈਗਾ? ਤਾਂ ਫਿਰ ਡਿਜੀਜ਼ ਰੈਜ਼ਿਸਟੈਂਸ ਕਰਦਾ ਪੋਟਾਸ। ਅਗਰ ਬਾਈ ਚਾਂਸ ਆਪਸ਼ਨ ਚ ਪੋਟਾਸ ਨਹੀਂ ਹੈ, ਤੁਹਾਡੇ ਤੋਂ ਪੁੱਛ ਲਿਆ ਗਿਆ ਡਿਜੀਜ਼ ਰੈਜ਼ਿਸਟੈਂਸ ਕੌਣ ਇਨਕਰੀਜ ਕਰੂਗਾ, ਔਰ ਆਪਸ਼ਨ ਚ ਕੀ ਨਹੀਂ ਹੈ ਪੁੱਤ? ਤਾਂ ਫਿਰ ਕਰਦਾ ਹੈਗਾ ਪੀ। ਕਿਉਂ? ਆਪਣੇ ਆਪ ਤੇ ਲਗਾ ਲਓ, ਤੁਹਾਡੀ ਬੋਡੀ ਦਾ ਐਨਰਜੀ ਲੈਵਲ ਅੱਛਾ ਹੈ ਤਾਂ ਕੀ ਤੁਹਾਨੂੰ ਕੋਈ ਬਿਮਾਰੀ ਜਾਂ ਬਿਮਾਰ ਹੋਵੋਗੇ? ਛਾਲਾ ਹੀ ਮਾਰੋਗੇ। ਠੀਕ ਹੈ ਜੀ, ਫਿਰ ਤੁਹਾਡੇ ਤੋਂ ਪੁੱਛਿਆ ਵੀ ਇਹਦੀ ਡੈਫੀਸ਼ੀਐਂਸੀ ਕਿੱਥੇ ਆਉਂਦੀ ਹੈਗੀ? ਤਾਂ ਡੈਫੀਸ਼ੀਐਂਸੀ ਆਫ ਪੀ। ਤਾਂ ਕਹਿੰਦਾ ਵੀ ਜਿਹੜਾ ਪੀ ਦਾ ਜੋ ਡੈਫੀਸ਼ੀਐਂਸੀ ਹੈ ਕਿਸ 'ਚ ਆਉਂਦਾ ਪੁੱਤ? ਓਲਡ ਲੀਫ 'ਚ। ਤਾਂ ਅਸੀਂ ਲਿਖਾਂਗੇ ਓਨ ਓਲਡ ਲੀਫ। ਤਾਂ ਕਿਸ 'ਚ ਆਉਂਦਾ ਗਾ? ਓਲਡ ਲੀਫ 'ਚ ਆਉਂਦਾ ਗਾ। ਕਲੀਅਰ ਇੱਥੋਂ ਤੱਕ? ਅਬ ਓਲਡ ਲੀਫ 'ਚ ਕੀ ਹੋਊਗਾ?
ਪਰਪਲ ਕਲਰ ਹੋ ਜਾਊਗਾ, ਤਾਂ ਪਰਪਲ ਪਿਗਮੈਂਟੇਸ਼ਨਸ ਜਾਂ ਪਰਪਲ ਪਿਗਮੈਂਟ ਔਨ ਓਲਡ ਲੀਵਸ, ਤਾਂ ਜੋ ਪਲਾਂਟ ਹੈ ਨਾ ਕੁਝ ਪਰਪਲ ਕਲਰ ਦਾ ਹੋ ਜਾਂਦਾ। ਜਦੋਂ ਪਲਾਂਟ ਹਰੇ ਤੋਂ ਪਰਪਲ ਹੁੰਦਾ ਹੈ ਤੈਨੂੰ ਕਹਿੰਦੇ ਬ੍ਰੋਂਜਿੰਗ। ਕੀ ਕਹਿੰਦੇ ਪੁੱਤ? ਉਹ ਕਹਿੰਦਾ ਬ੍ਰੋਂਜਿੰਗ ਮਤਲਬ ਹਰਾ ਔਰ ਪਰਪਲ ਕਲਰ ਮਿਕਸ ਹੋ ਗਿਆ। ਠੀਕ ਹੈ, ਤਾਂ ਕ੍ਰਿਸਚਨ ਸਾਗਾ ਫੋਸਫੋਰ ਦੇ ਸਿੰਪਟਮਸ ਕਿੱਥੇ? ਓਲਡ ਲੀਫ। ਓਲਡ ਲੀਫ ਦਾ ਦੂਜਾ ਆਟੋਮੈਟਿਕ ਯਾਦ ਰੱਖਣਾ ਹੈ ਲੋਵਰ ਲੀਫ। ਤਾਂ ਉਹ ਕਹਿੰਦਾ ਵੀ ਲੋਵਰ ਲੀਫ ਜਾਂ ਓਲਡ ਲੀਫ ਕੀ ਹੋ ਜਾਣਗੀਆਂ? ਪਰਪਲ ਹੋ ਜਾਣਗੀਆਂ, ਯਾਨੀ ਪਰਪਲ ਪਿਗਮੈਂਟੇਸ਼ਨ ਔਨ ਓਲਡ ਲੀਫ। ਕਲੀਅਰ? ਤਾਂ ਪੀ ਦੇ ਅੰਦਰ ਤੁਹਾਡੇ ਕੰਮ ਦਾ ਇੰਨਾ ਹੀ ਹੈਗਾ। ਉਸ ਦੇ ਬਾਅਦ ਨੈਕਸਟ ਆ ਗਿਆ ਸਲਫਰ। ਲਾਸਟ ਈਅਰ AAAT ਦੇ ਐਗਜ਼ਾਮ 'ਚ ਕੁਐਸਚਨ ਪੁੱਛਿਆ ਗਿਆ। ਕੀ ਪੁੱਛਿਆ ਗਿਆ? ਕੁਐਸਚਨ ਪੁੱਛਿਆ ਗਿਆ ਵੀ ਸਲਫਰ ਕਿਸ ਕ੍ਰੋਪ ਲਈ ਇਸੈਂਸ਼ੀਅਲ ਹੈ। ਕੁਐਸਚਨ ਆਇਆ ਵਿਚ ਨਿਊਟ੍ਰੈਂਟ ਆਰ ਇਸੈਂਸ਼ੀਅਲ ਫੋਰ ਓਇਲ ਸੀਡ। ਕੁਐਸਚਨ ਹੀ ਲਿਖ ਦੇਣਾ ਮੈਂ, ਵਿਚ ਨਿਊਟ੍ਰੈਂਟ ਆਰ ਇਸੈਂਸ਼ੀਅਲ ਫੋਰ ਓਇਲ ਸੀਡ ਕ੍ਰੋਪ। ਤਾਂ ਓਇਲ ਸੀਡ ਕ੍ਰੋਪ ਲਈ ਕਿਹੜਾ? ਸਲਫਰ। ਕਿਉਂ? ਕਿਉਂਕਿ ਸਲਫਰ ਜਿਹੜਾ ਹੈਗਾ ਓਇਲ ਸੀਡ ਦੇ ਅੰਦਰ ਨਾਈਟ੍ਰੋਜਨ ਸੋਰੀ ਆਪਣੇ ਓਇਲ ਪਰਸੈਂਟੇਜ ਵਧਾਉਂਦਾ ਹੈਗਾ। ਤਾਂ ਇਹਦਾ ਆਂਸਰ ਕੀ ਹੈਗਾ? ਸਲਫਰ ਹੈਗਾ। ਕਲੀਅਰ ਇੱਥੋਂ ਤੱਕ? ਕੋਈ ਦਿੱਕਤ? ਉਸ ਦੇ ਬਾਅਦ ਉਹ ਕਹਿੰਦਾ ਵੀ ਸਲਫਰ ਜਿਹੜਾ ਹੈਗਾ ਇਸ ਦੇ ਜਿਹੜੇ ਆਪਣੇ ਰਾਈਸ ਦੇ ਅੰਦਰ ਕੀ ਹੋਊਗਾ? ਤਾਂ ਅਗਰ ਸਲਫਰ ਜ਼ਿਆਦਾ ਪੈ ਗਿਆ ਨਾ ਔਰ ਪਾਣੀ ਦੇ ਨਾਲ ਇਹਦੀ ਰਿਐਕਸ਼ਨ ਹੋ ਗਈ ਤਾਂ ਟੋਕਸੀ ਸਿਟੀ। ਠੀਕ ਹੈ ਜੀ, ਤਾਂ ਟੋਕਸੀ ਸਿਟੀ ਆਫ H2S ਇਨ ਰਾਈਸ ਤਾਂ ਕੀ ਹੋ ਜਾਂਦਾ ਗਾ? ਅਕੋਚੀ। ਕੀ ਹੋ ਜਾਊਗਾ ਪੁੱਤ? ਅਕੋਚੀ ਡਿਜੀਜ਼ ਆਫ ਰਾਈਸ। ਅਬ ਇਸ ਅਕੋਚੀ ਡਿਜੀਜ਼ 'ਚ ਕੀ ਹੁੰਦਾ? ਝੋਨੇ ਦਾ ਜਿਹੜਾ ਰਾਈਸ ਪਲਾਂਟ ਹੈ ਨਾ ਉਹਦੀਆਂ ਰੂਟਸ ਗਲ ਜਾਂਦੀਆਂ, ਜਦੋਂ ਰੂਟਸ ਗਲ ਗਈਆਂ ਤਾਂ ਪਲਾਂਟ ਯੈਲੋ ਹੋ ਕੇ ਡਰਾਈ ਹੋ ਜਾਊਗਾ। ਸਮਝ ਗਏ? ਤਾਂ ਸਲਫਰ 'ਚ ਤੁਹਾਡੇ ਕੰਮ ਦਾ ਇੰਨਾ ਹੀ ਹੈਗਾ। ਉਸ ਦੇ ਬਾਅਦ ਨੈਕਸਟ ਹੈਗਾ MG। ਸਲਫਰ ਦੇ ਸਿਮਟਮਸ ਪੁੱਛੇ ਜਾਵੇ ਤਾਂ ਕਿੱਥੇ ਆਣਗੇ ਬੱਚੇ? ਤਾਂ ਸਲਫਰ ਦੇ ਸਿਮਟਮਸ ਆਣਗੇ ਨਿਊ ਲੀਫ 'ਚ, ਡੈਫੀਸ਼ੀਐਂਸੀ ਸਿਮਟਮ। ਕਿੱਥੇ ਆਣਗੇ ਪੁੱਤ? ਔਨ ਨਿਊ ਲੀਫਸ। ਠੀਕ ਹੈ ਜੀ। ਉਸ ਤੇ ਬਾਅਦ ਨੈਕਸਟ ਨਿਊਟ੍ਰੈਂਟ ਆ ਗਿਆ MG। ਕਿਹੜਾ ਆ ਗਿਆ? ਉਹ ਕਹਿੰਦਾ ਵੀ ਜਿਹੜਾ MG ਹੈਗਾ ਤਾਂ ਕੁਐਸਚਨ ਆਊਗਾ ਸਟਰਕਚਰਲ ਕੰਪੋਨੈਂਟ ਆਫ। ਕੁਐਸਚਨ ਕੀ ਆਊਗਾ ਪੁੱਤ? ਸਟਰਕਚਰਲ ਕੰਪੋਨੈਂਟ ਆਫ ਕਲੋਰੋਫਿਲ। ਤਾਂ ਕਲੋਰੋਫਿਲ ਦਾ ਸਟਰਕਚਰਲ ਕੰਪੋਨੈਂਟ ਕੌਣ? MG। ਠੀਕ ਹੈ, ਤਾਂ MG ਕੀ ਹੈਗਾ? ਸਟਰਕਚਰਲ ਕੰਪੋਨੈਂਟ ਹੈਗਾ। ਯਾਨੀ ਜਿਵੇਂ ਕਲੋਰੋਫਿਲ ਦੀ ਅਗਰ ਆਪਾਂ ਸਟਰਕਚਰ ਦੇਖਾਂਗੇ ਤਾਂ ਇੱਦਾਂ ਹੁੰਦੀ ਹੈ ਕਲੋਰੋਫਿਲ ਦੀ ਸਟਰਕਚਰ। ਸੈਂਟਰਲ ਐਲੀਮੈਂਟ MG, ਇਹਦੇ ਚਾਰੇ ਪਾਸੇ ਹੋਣਗੀਆਂ ਬੈਂਜੀਨ ਰਿੰਗ। ਠੀਕ ਹੈ ਜੀ, ਠੀਕ ਹੈ ਜੀ। ਆ ਬੈਂਜੀਨ ਰਿੰਗ ਹੈਗਾ ਤਾਂ ਬੈਂਜੀਨ ਹੈਗਾ ਤਾਂ ਨਾਈਟ੍ਰੋਜਨ ਹੋਊਗਾ ਬੈਂਜੀਨ 'ਚ, ਹੋਊਗਾ ਕਿ ਨਹੀਂ ਹੋਊਗਾ? ਔਰ ਵਿਚਾਲੇ MG ਹੈਗਾ।
ਜਦੋਂ ਐਮਜੀ ਦੀ ਕਮੀ ਹੋਊਗੀ ਯਾਨੀ ਡੈਫੀਸ਼ੀਐਂਸੀ ਹੋਊਗੀ ਤਾਂ ਵੀ ਓਲਡ ਲੀਫ ਯੈਲੋ ਹੋਊਗਾ, ਨਾਈਟ੍ਰੋਜਨ 'ਚ ਵੀ ਓਲਡ ਲੀਫ ਯੈਲੋ ਹੋਊਗਾ। ਤੁਸੀਂ ਕਿਹਾ ਵੀ ਨਾਈਟ੍ਰੋਜਨ 'ਚ ਓਲਡ ਲੀਫ ਯੈਲੋ ਹੋਊਗਾ, ਆ ਬੇਸ 'ਚ ਓਲਡ ਲੀਫ ਯੈਲੋ ਹੋਊਗਾ ਤਾਂ ਕਿਵੇਂ ਹੋਊਗਾ? ਤਾਂ ਜੋ ਓਲਡ ਲੀਫ ਦੀ ਯੈਲੋਇੰਗ ਹੋਊਗੀ ਐਮਜੀ ਦੇ ਅੰਦਰ, ਤਾਂ ਜਿਵੇਂ ਸਪੋਜ ਕਰੋ ਆ ਲੀਫ ਹੈਗਾ ਪੁੱਤ, ਆ ਇਹਦੀ ਸੈਂਟਰਲ ਵੇਨਸ ਹੈਗੀਆਂ ਔਰ ਆ ਵੇਨਸ ਹੈਗੀਆਂ, ਸਮਝ ਗਏ? ਅਬ ਜਦੋਂ ਨਾਈਟ੍ਰੋਜਨ ਦੀ ਕਮੀ ਹੈ ਜਦੋਂ ਪੂਰਾ ਪੱਤਾ ਹੀ ਪੀਲਾ ਹੋ ਜੂਗਾ, ਯਾਨੀ ਇਹਦਾ ਪੀਲਾ ਹੋਊਗਾ ਬਸ, ਆ ਨਾਈਟ੍ਰੋਜਨ ਦੀ ਕਮੀ ਹੈ, ਯੈਲੋਇੰਗ ਆਫ ਓਲਡ ਲੀਫ ਹੋ ਰਿਹਾ ਤਾਂ ਨਾਈਟ੍ਰੋਜਨ ਦੀ ਕਮੀ ਹੈ। ਅਬ ਇਹਦੀ ਕਮੀ ਦੇ ਅੰਦਰ ਦੇਖੋ ਕੀ ਹੋਊਗਾ, ਜੋ ਯੈਲੋ ਕਲਰ ਹੈ ਨਾ ਉਹ ਇਦਾਂ ਹੋਊਗਾ, ਵਿਚਾਲੇ ਵਿਚਾਲੇ ਯੈਲੋ ਕਲਰ ਆਊਗਾ ਇਦਾਂ, ਬਾਕੀ ਪੱਤਾ ਹਰਾ ਰਹੂਗਾ। ਔਰ ਇਹਨੂੰ ਕੀ ਕਹਿੰਦੇ? ਇੰਟਰਵਾਈਨਲ ਕਲੋਰੋਸਿਸ ਆਫ ਓਲਡ ਲੀਫ। ਅਗਰ ਇੰਟਰਵਾਈਨਲ ਕਲੋਰੋਸਿਸ ਆਫ ਓਲਡ ਲੀਫ ਹੋ ਰਿਹਾ ਤਾਂ ਕੀ ਹੈਗਾ? ਡੈਫੀਸ਼ੀਐਂਸੀ ਆਫ ਐਮਜੀ ਹੈਗਾ। ਕੀ ਹੈਗਾ? ਦੁਬਾਰਾ ਬੋਲੋ ਬੱਚੇ, ਡੈਫੀਸ਼ੀਐਂਸੀ ਸਿੰਪਟਮਸ ਆਫ ਐਮਜੀ ਦੱਸ ਦਿਓ। ਠੀਕ ਹੈ ਜੀ, ਕੁਐਸਚਨ ਆਊਗਾ ਸਟਰਕਚਰਲ ਕੰਪੋਨੈਂਟ ਆਫ ਕਲੋਰੋਫਿਲ ਦੱਸੋ। ਠੀਕ ਹੈ ਜੀ, ਕਲੀਅਰ ਇੱਥੋਂ ਤੱਕ? ਉਸਦੇ ਬਾਅਦ ਨੈਕਸਟ ਹੈਗਾ ਪੁੱਤ ਐਮਐਨ। ਕੀ ਹੈਗਾ? ਕਿਸ ਲਈ ਜ਼ਰੂਰੀ ਹੈਗਾ? ਇਸੈਂਸ਼ੀਅਲ ਫੋਰ ਫੋਟੋਲਾਈਸਿਸ ਆਫ ਵਾਟਰ। ਫੋਟੋਲਾਈਸਿਸ ਦਾ ਮਤਲਬ ਹੈ ਪਾਣੀ ਦਾ ਟੁੱਟਣਾ। ਕਿਸ ਦੇ ਅੰਦਰ ਟੁੱਟਣਾ? ਲਾਈਟ ਦੀ ਪ੍ਰੈਜੈਂਸ 'ਚ ਟੁੱਟਣਾ, ਤਾਂ ਫੋਟੋਲਾਈਸਿਸ ਆਫ ਵਾਟਰ। ਠੀਕ ਹੈ ਜੀ, ਜਾਂ ਮੈਂ ਇਹਨੂੰ ਇੱਦਾਂ ਕਰਕੇ ਲਿਖ ਦਿੰਦਾ ਗਾ, ਇਸੈਂਸ਼ੀਅਲ ਫੋਰ ਫੋਟੋਸਿੰਥੇਸਿਸ। ਤਾਂ ਕੁਐਸਚਨ ਆਊਗਾ ਵਿਚ ਨਿਊਟ੍ਰੈਂਟ ਆਰ ਇਸੈਂਸ਼ੀਅਲ ਫੋਰ ਫੋਟੋ ਸਿੰਥੇਸਿਸ। ਕਲੀਅਰ? ਇਹਦੇ ਫਿਜੀਓਲੋਜੀਕਲ ਡਿਸਆਰਡਰ ਇੰਪੋਰਟੈਂਟ ਹੈਗੇ। ਤਾਂ ਕਹਿੰਦਾ ਫਿਜੀਓਲੋਜੀਕਲ ਡਿਸਆਰਡਰ ਆਫ ਐਮਐਨ, ਤਾਂ ਫਿਜੀਓਲੋਜੀਕਲ ਡਿਸਆਰਡਰ ਆਫ ਐਮਐਨ, ਔਰ ਪੂਰਾ ਹੀ ਲਿਖਦੇ ਨੇ, ਬਾਰ ਬਾਰ ਲਿਖਣ ਦੀ ਲੋੜ ਨਹੀਂ ਪਊਗੀ। ਐਮਐਨ ਡੈਫੀਸ਼ੀਐਂਸੀ, ਉਹ ਕਹਿੰਦਾ ਪਲਾਂਟ 'ਚ ਅਗਰ ਐਮਐਨ ਦੀ ਕਮੀ ਹੋ ਗਈ ਤਾਂ ਕਿਹੜੇ ਕਿਹੜੇ ਫਿਜੀਓਲੋਜੀਕਲ ਡਿਸਆਰਡਰ ਆਉਣਗੇ ਪੁੱਤ? ਪਹਿਲਾ ਆਊਗਾ ਮਾਰਸ ਸਪੋਰਟ। ਕਿਸ 'ਚ ਆਉਂਦਾ ਵੀ? ਗੁੱਡ, ਮਾਰਸ ਸਪੋਰਟ ਆਫ ਪੀ ਆਦੀ ਵਜ੍ਹਾ ਕਰਕੇ ਹੋਊਗਾ। ਫਿਰ ਦੂਜਾ ਆਉਂਦਾ ਪੁੱਤ ਗ੍ਰੇ ਸਪਾਈਕ, ਕਿਸ 'ਚ ਹੁੰਦਾ ਗਾ ਪੁੱਤ? ਤਾਂ ਗ੍ਰੇ ਸਪਾਈਕ ਆਫ ਓਟ। ਬਾਕੀ ਵੀ ਬੋਲੋ ਵੀ ਬਾਕੀਆਂ ਦੇ ਕੀ ਪ੍ਰੋਬਲਮ ਹੈਗੀ ਜਾਂ ਮਾਮਲਾ ਗੜਬੜ ਹੈ? ਹਾਂ ਵੀ ਘੁੱਗੂ ਬਣ ਕੇ ਥੋੜੀ ਬੈਠਣਾ ਯਾਰ, ਆਪਣਾ ਪਾਰਟਿਸਿਪੇਟ ਤਾਂ ਸ਼ੋ ਕਰੋ ਨਾ ਵੀ ਅਸੀਂ ਕਲਾਸ 'ਚ ਬੈਠੇ, ਨਹੀਂ ਤਾਂ ਕੀ ਸਕਰੀਨ ਤਾਂ ਲੰਘਦੀ ਜਾਊਗੀ ਜਾਂ ਨਹੀਂ ਲੰਘਦੀ ਜਾਊਗੀ। ਤਾਂ ਗ੍ਰੇ ਸਪਾਈਕ ਆਫ ਓਟ, ਔਰ ਲਾਸਟ ਹੈਗਾ ਫਾਲਾ ਬਲਾਈਟ। ਠੀਕ ਹੈ ਜੀ, ਤਾਂ ਫਾਲਾ ਬਲਾਈਟ ਕਿਸ 'ਚ ਆਉਂਦਾ ਵੀ? ਤਾਂ ਫਾਲਾ ਬਲਾਈਟ ਆਫ ਸ਼ੂਗਰ ਕੇਨ। ਸ਼ੂਗਰ ਕੇਨ ਲਿਖ ਦੋ ਚਾਹੇ ਕੇਨ ਲਿਖ ਦੋ, ਕੇਨ ਦਾ ਮਤਲਬ ਵੀ ਸ਼ੂਗਰ ਕੇਨ ਹੈਗਾ, ਸਮਝ ਗਏ? ਕਲੀਅਰ? ਤਾਂ ਐਮਐਨ 'ਚ ਤੁਹਾਡੇ ਲਈ ਇੰਨੇ ਕੰਮ ਦਾ ਹੈਗਾ। ਉਸਦੇ ਬਾਅਦ ਨੈਕਸਟ ਆ ਗਿਆ ਪੋਟਾਸ। ਕੁਐਸਚਨ ਆਊਗਾ ਵੀ ਜੋ ਪੋਟਾਸ ਹੈਗਾ ਪਲਾਂਟ ਦੇ ਅੰਦਰ ਡਰੋਟ ਟੋਲਰੈਂਟ ਇਨਕਰੀਜ ਕਰਦਾ ਗਾ,
ਇਸ ਲਈ ਇਹਨੂੰ ਕਹਿੰਦੇ ਸਟ੍ਰੈਸ ਨਿਊਟ੍ਰੈਂਟ। ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾਊਗਾ ਸਟ੍ਰੈਸ ਜਾਂ ਡਰਾਊਟ ਨਿਊਟ੍ਰੈਂਟ ਦੱਸੋ ਕਿਹੜਾ ਹੈਗਾ। ਕੁਐਸਚਨ ਕੀ ਪੁੱਛਿਆ ਜਾਊਗਾ ਪੁੱਤ, ਸਟ੍ਰੈਸ ਜਾਂ ਡਰਾਊਟ ਨਿਊਟ੍ਰੈਂਟ ਦੱਸੋ ਕਿਹੜਾ ਹੈਗਾ। ਤਾਂ ਸਟ੍ਰੈਸ ਜਾਂ ਡਰਾਊਟ ਨਿਊਟ੍ਰੈਂਟ ਕਿਹੜਾ ਹੈਗਾ, ਪੋਟਾਸ ਹੈਗਾ। ਕਿਉਂ ਹੈਗਾ? ਤਾਂ ਕੁਐਸਚਨ ਪੁੱਛਿਆ ਜਾਊਗਾ ਓਪਨਿੰਗ ਐਂਡ ਕਲੋਜਿੰਗ, ਓਪਨਿੰਗ ਐਂਡ ਕਲੋਜਿੰਗ ਆਫ ਸਟੋਮੇਟਾ ਕੌਣ ਕਰਦਾ ਹੈਗਾ। ਠੀਕ ਹੈ ਜੀ, ਮੈਂ ਸੈਂਟੈਂਸ ਚਲੋ ਪੂਰਾ ਲੇ ਬਾਈ ਪੋਟਾਸ ਕੀਤਾ ਜਦ, ਜਦੋਂ ਸਟੋਮੇਟਾ ਕਲੋਜ਼ ਹੋ ਗਏ ਤਾਂ ਕੀ ਹੋਊਗਾ, ਕੰਟਰੋਲ ਦਾ ਟ੍ਰਾਂਸਪੀਰੇਸ਼ਨ ਔਰ ਓਬਲੀ ਕਰਕੇ ਅਸੀਂ ਲਿਖ ਦਾਂਗੇ ਈਟੀ। ਈਟੀ ਦਾ ਫੁੱਲ ਫਾਰਮ ਬੋਲ ਦੋ ਪੁੱਤ, ਇਵੇਪੋ ਟ੍ਰਾਂਸਪੀਰੇਸ਼ਨ। ਇਵੇਪੋ ਟ੍ਰਾਂਸਪੀਰੇਸ਼ਨ ਮੀਨਸ ਇਵੇਪੋਰੇਸ਼ਨ ਪਲੱਸ ਟ੍ਰਾਂਸਪੀਰੇਸ਼ਨ, ਕਲੀਅਰ? ਉਸਦੇ ਬਾਅਦ ਨੈਕਸਟ, ਕਲੀਅਰ ਇੱਥੋਂ ਤੱਕ? ਉਸਦੇ ਬਾਅਦ ਪੋਟਾਸ ਜਿਹੜਾ ਹੈਗਾ ਤੁਹਾਡੇ ਤੋਂ ਪੁੱਛਿਆ ਜਾਊਗਾ ਕਿਹੜਾ ਨਿਊਟ੍ਰੈਂਟ ਪਲਾਂਟ ਦੇ ਅੰਦਰ ਡਿਜੀਜ਼ ਰੈਜ਼ਿਸਟੈਂਸ ਇਨਕਰੀਜ਼ ਕਰਦਾ ਹੈਗਾ। ਤਾਂ ਕਿਹੜਾ ਨਿਊਟ੍ਰੈਂਟ ਕਰਦਾ ਹੈਗਾ, ਅਗਰ ਪੋਟਾਸ ਆਪਸ਼ਨ ਸੇ ਨਹੀਂ ਹੈ ਤਾਂ ਕਿਹੜਾ ਕਰੂਗਾ, ਫੋਸਫੋਰਸ। ਦੁਬਾਰਾ ਸੁਣ ਲਓ, ਅਗਰ ਕੁਐਸਚਨ ਆਵੇ ਡਿਜੀਜ਼ ਰੈਜ਼ਿਸਟੈਂਸ ਇਨਕਰੀਜ਼ ਬਾਈ ਅਗਰ ਪੋਟਾਸ ਹੈ ਤਾਂ ਠੀਕ, ਨਹੀਂ ਹੈ ਤਾਂ ਠੀਕ ਹੈ। ਕਲੀਅਰ ਇੱਥੋਂ ਤੱਕ? ਉਸਦੇ ਬਾਅਦ ਉਹ ਕਹਿੰਦਾ ਵੀ ਜਿਹੜਾ ਪੋਟਾਸ ਹੈਗਾ ਸ਼ੂਗਰ ਟ੍ਰਾਂਸਲੋਕੇਸ਼ਨ ਕਰਦਾ ਗਾ। ਕੀ ਕਰਦਾ ਗਾ ਪੁੱਤ? ਉਹ ਕਹਿੰਦਾ ਸ਼ੂਗਰ ਟ੍ਰਾਂਸਲੋਕੇਸ਼ਨ ਇਨ ਰੂਟ ਐਂਡ ਟਿਊਬਰ ਕਰੋਪ। ਤਾਂ ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾਊਗਾ ਅਬ ਰੂਟ ਐਂਡ ਟਿਊਬਰ ਕਰੋਪ ਜੇ ਸ਼ੂਗਰ ਟ੍ਰਾਂਸਲੋਕੇਸ਼ਨ ਕਰ ਰਿਹਾ ਤਾਂ ਇਹਦਾ ਮਤਲਬ ਕੀ ਹੈਗਾ, ਜ਼ਿਆਦਾ ਐਡ ਕਰਨਾ ਪਊਗਾ। ਮਤਲਬ ਕੀ ਹੈਗਾ ਵੀ ਜ਼ਿਆਦਾ ਐਡ ਕਰਨਾ ਪਊਗਾ, ਜਿਸ ਚੀਜ਼ ਦੀ ਜ਼ਿਆਦਾ ਰਿਕੁਆਇਰਮੈਂਟ ਹੁੰਦੀ ਹੈ। ਕੀ ਹੁੰਦੀ ਹੈ? ਜਿਸ ਚੀਜ਼ ਦੀ ਜ਼ਿਆਦਾ ਰਿਕੁਆਇਰਮੈਂਟ ਹੁੰਦੀ ਹੈ ਉਹਨੂੰ ਕੀ ਕਹਿੰਦੇ ਹੈਗੇ, ਮੋਸਟ ਅਬੰਡੈਂਟ। ਕੀ ਕਹਿੰਦੇ ਹੈਗੇ? ਤਾਂ ਕੁਐਸਚਨ ਆਊਗਾ ਮੋਸਟ ਅਬੰਡੈਂਟ ਨਿਊਟ੍ਰੈਂਟ ਆਫ ਕੈਰੇਟ ਦੱਸੋ। ਕੁਐਸਚਨ ਕੀ ਆਊਗਾ? ਤਾਂ ਮੋਸਟ ਅਬੰਡੈਂਟ ਨਿਊਟ੍ਰੈਂਟ ਆਫ ਕੈਰੇਟ। ਅਬ ਕੈਰੇਟ ਜ਼ਰੂਰੀ ਨਹੀਂ ਹੈਗਾ, ਆਹ ਦੇਖੋ ਇੱਥੋਂ ਆ ਇੱਥੋਂ ਗਰੁੱਪ ਦਾ ਵੀ ਨਾਂ ਆ ਸਕਦਾ ਹੈ। ਆ ਕੈਰੇਟ ਦਾ ਪੁੱਛਿਆ ਜਾਂਦਾ ਤੁਹਾਡੇ ਤੋਂ, ਇਸ ਲਈ ਅਸੀਂ ਲਿਖ ਦਿੰਦੇ ਹਾਂ। ਕਿਉਂ? ਕਿਉਂਕਿ ਕੈਰੇਟ ਪੋਟਾਸ ਕੀ ਕਰੇਗਾ, ਸ਼ੂਗਰ ਟ੍ਰਾਂਸਲੋਕੇਸ਼ਨ। ਗਾਜਰ ਚ ਵੱਧ ਪਾਵਾਂਗੇ ਤਾਂ ਮਿੱਠਾ ਹੋ ਜਾਊਗਾ ਗਾਜਰ, ਕੀ ਹੋ ਜਾਊਗਾ? ਤਾਂ ਇਸ ਲਈ ਮੋਸਟ ਅਬੰਡੈਂਟ ਦਾ ਮਤਲਬ ਜੋ ਜ਼ਿਆਦਾ ਚਾਹੀਦਾ, ਸਮਝ ਗਏ? ਤਾਂ ਪੋਟਾਸ ਚ ਤੁਹਾਡੇ ਲਈ ਇੰਨਾ ਕੰਮ ਦਾ ਹੈਗਾ। ਉਸ ਦੇ ਬਾਅਦ ਨੈਕਸਟ ਆ ਗਿਆ ਜਿੰਕ। ਉਹ ਕਹਿੰਦਾ ਜਿੰਕ, ਉਹ ਕਹਿੰਦਾ ਵੀ ਆ ਸੋਇਲ ਦੇ ਅੰਦਰ ਥੋੜਾ ਥੋੜਾ ਮੂਵ ਕਰਦਾ ਹੈਗਾ, ਠੀਕ ਹੈ ਜੀ, ਪੂਰਾ ਮੂਵ ਨਹੀਂ ਕਰਦਾ। ਤਾਂ ਮੈਂ ਸਾਈਡ ਚ ਲਿਖ ਦੇਣਾ ਪਹਿਲਾਂ, ਤੁਹਾਡੇ ਤੋਂ ਕੁਐਸਚਨ ਪੁੱਛੋ ਈ ਮੋਬਾਈਲ ਇਨ ਸੋਇਲ, ਤਾਂ ਸੋਇਲ ਚ ਕਿਹੜਾ ਈ ਮੋਬਾਈਲ ਹੈਗਾ ਪੁੱਤ? ਗੁੱਡ, ਈ ਮੋਬਾਈਲ ਇਨ ਪਲਾਂਟ, ਕਿਹੜਾ ਹੈਗਾ ਪੁੱਤ? ਗੁੱਡ, ਕੈਲਸੀਅਮ ਐਂਡ ਬੋਰੋਨ। ਪੁੱਛੋ ਕਿਉਂ ਹੈ? ਕਿਉਂਕਿ ਕੈਲਸੀਅਮ ਐਂਡ ਬੋਰੋਨ ਆਰ ਸਟਰਕਚਰਲ ਕੰਪੋਨੈਂਟ ਆਫ ਸੈੱਲ ਵਾਲ ਹੈ। ਅਗਰ ਤੁਸੀਂ ਕੈਲਸੀਅਮ ਔਰ ਬੋਰੋਨ ਨੂੰ ਮੂਵ ਕਰਾਤਾ ਤਾਂ ਸੈੱਲ ਵਾਲ ਹੀ ਨਹੀਂ ਬਣੂਗਾ। ਕੀ ਨਹੀਂ ਬਣੂਗਾ? ਤਾਂ ਮਾਮਲਾ ਤਾਂ ਖਤਮ ਹੋ ਗਿਆ ਫਿਰ। ਤਾਂ ਇਸ ਲਈ ਆ ਦੋਨੋਂ ਕੀ ਹੈ, ਇਮੋਬਾਈਲ ਹੈ।
लेकिन ना थोड़ा थोड़ा, मतलब थोड़ा थोड़ा मतलब मॉडरेट, तो मॉडरेट इन मोबाइल इन सोयल, तो कहता मॉडरेट इन मोबाइल इन सोयल की हैगा। अब ध्यान नाल सुनना का, जिंक दी अगर कमी है, की हैगा जिंक दी अगर कमी है तो की होगा, प्लांट दे पत्ते छोटे हो जाएंगे। पहला थोड़े तो पूछा जाऊगा इसेंशियल न्यूट्रेंट फॉर ऑक्सीजन सिंथेसिस, तो इसेंशियल न्यूट्रेंट फॉर ऑक्सीजन, और ऑक्सीजन दे थान ते कई बार केड़ा वर्ड आ जाता पुत, इंडोल एसिटिक एसिड, की आ जाता का, तो कहता भी ऑक्सीजन या इंडोल एसिटिक एसिड लई केड़ा हैगा, क्लियर। उस दे बाद नेक्स्ट, अगर जिंक दी कमी है तो डेफिशिएंसी ऑफ जिंक तकी हो जुगा, लिटल लीफ हो जुगा। थोड़े तो पूछा जा लिटल लीफ, किसे मर्जी क्रोप दा पूछे जिंक, जे पूछे लिटल लीफ ऑफ सिट्रस तो किदी वजह करके, लिटल लीव्स ऑफ कॉटन, समझ गए, तो लिटल लीफ ऑफ क्रॉप। अब ऑफ क्रॉप तो एक ग्रुप है ना, तो क्रॉप का ना भी तो आ सकता है, अब इतने कोई मर्जी ना आवे थोनू कोई मतलब नहीं है, ठीक है। दूजा, अगर जिंक दी अगर कमी होगी तो की हो जाएगा पुत, वाइट बड ऑफ मेज हो जाएगा, की हो जाएगा, ठीक है जी। ये सिम्टम्स किस से आएंगे पुत, पूरे बूटे ते आएंगे। क्वेश्चन आऊगा सिम्टम्स ऑन होल प्लांट, होल प्लांट का मतलब की होया, दूजा मतलब दस दो पुत, ओल्ड और दोनों होनगियां, क्योंकि पूरा बूटे चे तो ओल्ड भी आ गया न्यू भी न्यू भी आ गया ना, तो कहना सिम्टम्स ऑन होल प्लांट मतलब बोथ ओल्ड एंड न्यू लीव्स, क्लियर हो गया, क्लियर इतों तक। तो जिंक चे थोड़े कम का इना ही है। उस दे बाद नेक्स्ट, बोरोन अपटेक फॉर्म बोरिक एसिड, मतलब H3BO3, वो कहता बोरोन की हैगा इसेंशियल हैगा, कादे लिए इसेंशियल फॉर पोलन जर्मिनेशन, बोलो अगे, तो पोलन जर्मिनेशन एंड पोलन ट्यूब ग्रोथ, क्लियर। तो थोड़े तो क्वेश्चन पूछा जाऊगा भी केड़ा न्यूट्रेंट है जो प्लांट से फर्टिलिटी इंप्रूव करता है, क्योंकि पोलन जर्मिनेशन हो रहा है तो प्लांट से फर्टिलिटी इंप्रूव होगा, तो फर्टिलिटी वर्ड याद रखना है, समझ गए। उस दे बाद की हैगा स्ट्रक्चरल कंपोनेंट ऑफ सेल वॉल हैगा, ठीक है जी। सिम्टम्स कितने आएंगे, तो सिम्टम्स कितने आएंगे बच्चे, ऑन, अब मूव नहीं कर रहा तो मूव नहीं करूंगा तो लास्ट तक नहीं पहुंचूंगा ना, और एंड पॉइंट की कहते टर्मिनल, की कहते, तो
ਤਾਂ ਉਹ ਕਹਿੰਦਾ ਸਿਮਟਮਸ ਕਿਸ ਤੇ ਆਣਗੇ? ਔਨ ਟਰਮੀਨਲ ਬਡ, ਔਰ ਬ੍ਰੇਕ ਚ ਲਿਖ ਦਾਂਗੇ ਟਿਪ ਆਫ ਲੀਫ, ਠੀਕ ਹੈ ਜੀ, ਐਂਡ ਤੇ ਸਿਮਟਮਸ ਆਣਗੇ, ਕਲੀਅਰ? ਆ ਬੋਰੋਨ ਦੀ ਵਜ੍ਹਾ ਕਰਕੇ ਡਿਫਰੈਂਟ ਪ੍ਰੋਬਲਮਸ ਆਣਗੀਆਂ। ਉਹ ਕਹਿੰਦਾ ਫਿਜੀਓਲੋਜੀਕਲ ਡਿਸਆਰਡਰ ਕੌਜਡ ਬਾਈ ਬਾਈ ਬੋਰੋਨ ਡੈਫੀਸੀਐਂਸੀ, ਨਾ ਬੋਲ ਦੋ ਪੁੱਤ ਜਿੰਨੀ ਯਾਦ ਹੈਗੇ। ਹਾਂਜੀ ਤਾਂ ਪਹਿਲਾ ਹੈਨ ਐਂਡ ਕਿਸ ਚ ਆਉਂਦਾ ਹੈਗਾ? ਤਾਂ ਹੈਨ ਐਂਡ ਚਿਕਨ ਡਿਜੀਜ ਆਫ ਗ੍ਰੇਵਸ ਪਹਿਲਾ। ਉਸ ਤੋਂ ਬਾਅਦ ਨੈਕਸਟ ਫਰੂਟ ਕਰੈਕਿੰਗ ਕਿਸ ਚ ਹੈ ਪੁੱਤ? ਤਾਂ ਫਰੂਟ ਕਰੈਕਿੰਗ ਆਫ ਟੋਮੇਟੋ ਕਾਹਦੀ ਵਜ੍ਹਾ ਕਰਕੇ? ਔਰ ਧਿਆਨ ਨਾਲ ਸੁਣਨਾ ਹੈਗਾ ਹੁਣ, ਬਰਾਊਨਿੰਗ ਆਫ ਕੋਲੀਫਲਾਵਰ ਕੀ ਹੈਗਾ? ਤਾਂ ਬਰਾਊਨਿੰਗ ਆਫ, ਦੂਜਾ ਨਾਂ ਦੱਸ ਦੋ ਇਹਦਾ ਪੁੱਤ, ਉੱਚੀ ਬੋਲੋ, ਰੈਡ ਰੋਟ ਆਫ ਕੋਲੀਫਲਾਵਰ, ਗੁੱਡ, ਠੀਕ ਹੈ ਜੀ। ਤਾਂ ਰੈਡ ਰੋਟ ਆਫ ਕਾਹਦੀ ਵਜ੍ਹਾ ਕਰਕੇ ਹੋਊਗਾ? ਹੋਰ ਦੱਸ ਦੋ, ਵੈਰੀ ਗੁੱਡ, ਬਲੈਕ ਟਿਪ ਆਫ ਮੈਂਗੋ ਕਾਹਦੀ ਵਜ੍ਹਾ ਕਰਕੇ? ਫਿਰ ਹੈਗਾ ਫਰੂਟ ਕਰੈਕਿੰਗ ਆਫ ਪੋਮੇਗ੍ਰੇਨੇਟ, ਇਹਦੇ ਪਿੱਛੇ ਦੋ ਰੀਜਨਸ ਹੈ ਫਰੂਟ ਕਰੈਕਿੰਗ ਆਫ ਪੋਮੇਗ੍ਰੇਨੇਟ, ਕੀ ਹੈਗੇ ਇਹਦੇ ਪਿੱਛੇ ਦੋ ਰੀਜਨਸ? ਪਹਿਲਾ ਰੀਜਨਸ ਕੀ ਹੈਗਾ? ਬੋਰੋਨ ਡੈਫੀਸੀਐਂਸੀ, ਔਰ ਦੂਜਾ ਰੀਜਨਸ ਕੀ ਹੈਗਾ? ਵੈਰੀ ਗੁੱਡ, ਮੋਸਚਰ ਡੈਫੀਸੀਐਂਸੀ, ਕਲੀਅਰ? ਠੀਕ ਹੈ ਜੀ, ਤਾਂ ਹੈਗਾ ਬੋਰੋਨਸ ਤੋਂ ਰਿਲੇਟਡ, ਕਲੀਅਰ ਹੋਇਆ ਇੱਥੋਂ ਤੱਕ? ਉਸ ਤੋਂ ਬਾਅਦ ਨੈਕਸਟ ਹੈਗਾ ਕੈਲਸੀਅਮ, ਨੈਕਸਟ ਕਿਹੜਾ ਹੈਗਾ? ਕੈਲਸੀਅਮ ਵੀ ਕੀ ਹੈਗਾ? ਸਟਰਕਚਰਲ ਕੰਪੋਨੈਂਟ ਆਫ ਸੈੱਲ ਵਾਲ ਹੈਗਾ, ਕੀ ਹੈਗਾ? ਠੀਕ ਹੈ ਜੀ, ਸਿਮਟਮਸ ਕਿੱਥੇ ਆਣਗੇ ਇਹਦੇ? ਤਾਂ ਸਿਮਟਮਸ ਔਨ ਕਿਉਂ ਆਣਗੇ? ਟਰਮੀਨਲ ਬੱਡ ਦੇ ਉੱਤੇ, ਕਿਉਂਕਿ ਔਰ ਬ੍ਰੇਕ ਚ ਲਿਖ ਦਿੰਦਾ ਕਿ ਹੁੱਕ ਬਣ ਜਾਂਦੇ, ਹੁੱਕ ਔਨ ਟਰਮੀਨਲ ਬੱਡ, ਇਹਦਾ ਹੋ ਜਾਣਾ, ਕਲੀਅਰ? ਉਸ ਤੋਂ ਬਾਅਦ ਨੈਕਸਟ ਨਿਊਟ੍ਰੈਂਟ ਹੈਗਾ ਮੋਲੀਬਡੇਨਮ, ਕਿਹੜਾ ਹੈਗਾ? ਮੋਲੀਬਡੇਨਮ, ਤੋ ਕਹਿੰਦਾ ਵੀ ਮੋਲੀਬਡੇਨਮ ਕੀ ਫੰਕਸ਼ਨ ਹੈਗਾ? ਇਸੈਂਸ਼ੀਅਲ ਹੈਗਾ, ਤੋ ਕਹਿੰਦਾ ਇਸੈਂਸ਼ੀਅਲ ਫੋਰ ਨਾਈਟ੍ਰੋਜਨ, ਕੌਣ ਕਰਦਾ ਨਾਈਟ੍ਰੋਜਨ ਫਿਕਸੇਸ਼ਨ ਬੱਚੇ?
nodule formations, the nitrogen fixation and nodule formation in pulse crop. Clear? ਕੋਈ ਦਿੱਕਤ ਇੱਥੋਂ ਤੱਕ? ਉਹ ਕਹਿੰਦਾ ਵੀ ਮੋਲੀਬਡੇਨਮ ਦੀ ਅਗਰ ਕਮੀ ਹੋਊਗੀ ਤਾਂ ਕੀ ਹੋਊਗਾ? ਤਾਂ ਕੁਐਸਚਨ ਆਊਗਾ ਵਿਪਟੇਲ ਆਫ ਕੋਲੀਫਲਾਵਰ ਕਾਹਦੀ ਵਜ੍ਹਾ ਕਰਕੇ ਹੁੰਦਾ ਗਾ? ਐਮੋ ਗੁੱਡ, ਠੀਕ ਹੈ ਜੀ, ਕਲੀਅਰ ਇੱਥੋਂ ਤੱਕ? ਉਸ ਦੇ ਬਾਅਦ ਨੈਕਸਟ ਹੈਗਾ ਕਲੋਰੀਨ, ਕੀ ਹੈਗਾ? ਅਬ ਕਲੋਰੀਨ ਕੀ ਹੈਗਾ? ਓਸਮੋ ਰੈਗੂਲੇਸ਼ਨ, ਮਤਲਬ ਪ੍ਰੈਸ਼ਰ, ਜਿਵੇਂ ਆਪਣੇ ਬੋਡੀ ਦੇ ਅੰਦਰ ਬਲੱਡ ਪ੍ਰੈਸ਼ਰ ਹੁੰਦਾ ਗਾ, ਉਹਦਾ ਪਲਾਂਟ ਬੋਡੀ ਚ ਕੀ ਹੁੰਦਾ ਗਾ? ਓਸਮੋ ਰੈਗੂਲੇਸ਼ਨ, ਯਾਨੀ ਓਸਮੈਟਿਕ ਪ੍ਰੈਸ਼ਰ ਕੀ? ਅਬ ਦੇਖੋ ਇਹਦਾ, ਦੇਖੋ NaCl, ਅਬ ਲੂਣ ਚ ਵੱਧ ਖਾਓਗੇ ਤਾਂ BP ਵੱਧਦਾ ਕਿ ਨਹੀਂ ਵੱਧਦਾ? ਘੱਟ ਖਾਓਗੇ ਤਾਂ ਘੱਟ ਜੂਗਾ, ਤਾਂ ਓਸਮੋ ਰੈਗੂਲੇਸ਼ਨ ਇਨ ਪਲਾਂਟ ਕਰਦਾ ਗਾ, ਕੀ ਕਰਦਾ ਗਾ? ਔਰ ਕੀ ਹੈਗਾ? ਕੋ ਐਲੀਮੈਂਟ ਹੈ, ਕੋ ਐਲੀਮੈਂਟ ਮਤਲਬ ਨਾਲ ਮਿਲ ਕੇ ਕੰਮ ਕਰਦਾ ਜੋ, ਤਾਂ ਕੋ ਐਲੀਮੈਂਟ ਆਫ MN ਇਨ ਫੋਟੋਲਾਈਸਿਸ ਆਫ ਵਾਟਰ। ਕਲੀਅਰ ਇੱਥੋਂ ਤੱਕ? ਉਸ ਤੋਂ ਬਾਅਦ ਨੈਕਸਟ ਹੈਗਾ ਕੋਪਰ, ਨੈਕਸਟ ਕਿਹੜਾ ਹੈਗਾ? ਕੋਪਰ, ਤਾਂ ਕੋਪਰ ਚੋਂ ਸਿਰਫ ਇੱਕ ਯਾਦ ਰੱਖਣਾ ਹੈਗਾ, ਡਾਈਬੈਕ ਆਫ ਸਿਟਰਸ, ਠੀਕ ਹੈ ਜੀ, ਕਲੀਅਰ? ਉਸਦੇ ਬਾਅਦ ਇੱਕ ਰਹਿ ਗਿਆ ਵੀ, ਪਿੱਛੇ ਜਾਣਾ ਪਊਗਾ ਸਾਨੂੰ, ਕੈਲਸੀਅਮ। ਕੈਲਸੀਅਮ ਦੀ ਵਜ੍ਹਾ ਕਰਕੇ ਕੀ ਹੁੰਦਾ ਗਾ? ਬੇਅਰ ਡਿਜੀਜ਼ ਆਫ ਟੋਮੈਟੋ, ਬੇਅਰ ਦਾ ਮਤਲਬ ਕੀ ਹੈਗਾ ਬੱਚੇ? ਬਲੂਜਮ ਐਂਡ ਰੋਟ, ਕੀ ਮਤਲਬ ਹੈਗਾ? ਤਾਂ ਬੇਅਰ ਡਿਜੀਜ਼ ਆਫ ਟੋਮੈਟੋ ਕਾਹਦੀ ਵਜ੍ਹਾ ਕਰਕੇ ਹੁੰਦਾ ਪੁੱਤ? ਕੈਲਸੀਅਮ, ਠੀਕ ਹੈ ਜੀ, ਹਾਂਜੀ, ਹਾਂ, ਕੇਵਿਟੀ ਸਪੋਟ ਆਫ ਕੈਰੇਟ, ਤਾਂ ਕੇਵਿਟੀ ਸਪੋਟ ਆਫ ਕੈਰੇਟ। ਫਿਰ ਕੋਪਰ ਤੇ ਕੀ ਯਾਦ ਰੱਖਣਾ? ਸਿਟਰਸ ਉੱਪਰੋਂ ਸੁੱਕਣਾ ਸਟਾਰਟ ਹੋ ਜਾਂਦਾ, ਪਲਾਂਟ ਪਾਰਟ ਉੱਪਰੋਂ ਸੁੱਕਣਾ ਸਟਾਰਟ ਹੋਊਗਾ, ਥੱਲੇ ਤੱਕ ਆ ਜਾਂਦਾ, ਉਦੋਂ ਕਹਿੰਦੇ ਡਾਈਬੈਕ, ਕੀ ਕਹਿੰਦੇ ਪੁੱਤ? ਉਸ ਦੇ ਬਾਅਦ ਨੈਕਸਟ ਕਿਹੜਾ ਰਹਿ ਗਿਆ ਵੀ? ਆਇਰਨ, ਕੀ ਹੈਗਾ ਆਇਰਨ? ਠੀਕ ਹੈ ਜੀ, ਕੈਰੀਅਰ ਆਫ ਆਕਸੀਜਨ, ਇਹਨਾਂ ਯਾਦ ਰੱਖਣਾ ਹੈ। ਨਿਕਲ, ਨਿਕਲ ਕੀ ਹੈਗਾ? 17ਵਾਂ ਨਿਊਟ੍ਰੈਂਟ ਹੈਗਾ, ਕੀ ਹੈਗਾ ਬਈ? ਔਰ ਕੀ ਕਰਦਾ ਹੈਗਾ? ਇਨਕਰੀਜ ਸੀਡ ਵਾਇਬਿਲਿਟੀ, ਔਰ ਸੀਡ ਵਾਇਬਿਲਿਟੀ ਮਤਲਬ ਜਰਮੀਨੇਸ਼ਨ। ਕਲੀਅਰ ਹੋ ਗਿਆ? ਤਾਂ 17 ਸੀਗੇ ਇਸੈਂਸ਼ੀਅਲ ਨਿਊਟ੍ਰੈਂਟ, ਕੀ ਸੀਗੇ ਪੁੱਤ? ਅਬ ਉਹ ਕਹਿੰਦਾ ਫੰਕਸ਼ਨਲ ਨਿਊਟ੍ਰੈਂਟ ਤੋਂ ਹੋ ਗਏ 17, ਜਾਂ ਇਸੈਂਸ਼ੀਅਲ ਨਿਊਟ੍ਰੈਂਟ ਹੋ ਗਏ 17। ਅਬ ਇਸ 17 ਨੇ ਵੀ ਪਲਾਂਟ 'ਚ ਕੋਈ ਨਾ ਕੋਈ ਕੰਮ ਕਰਨਾ ਹੈਗਾ, ਔਰ 4 ਏਦਾਂ ਦੇ ਜੋ ਮਿਲ ਗਏ ਤਾਂ ਠੀਕ ਹੈ, ਨਹੀਂ ਮਿਲੇ ਤਾਂ ਨੁਕਸਾਨ ਕੋਈ ਨਹੀਂ ਹੈਗਾ, ਸਮਝ ਗਏ? ਉਹਨਾਂ ਨੂੰ ਕੀ ਕਹਿੰਦੇ ਪੁੱਤ? ਬੈਨੀਫਿਸ਼ੀਅਲ ਨਿਊਟ੍ਰੈਂਟ ਕਹਿੰਦੇ, ਕੀ ਕਹਿੰਦੇ?
ਬੈਨੀਫੀਸ਼ੀਅਲ ਨਿਊਟ੍ਰੈਂਟ, ਉਹ ਕਹਿੰਦਾ ਕਿੰਨੇ ਹੈਗੇ? ਤਾਂ ਉਹ ਕਹਿੰਦਾ ਚਾਰ ਹੈਗੇ। ਉਹ ਕਹਿੰਦਾ ਵੀ 17 ਫੰਕਸ਼ਨਲ ਹੈਗੇ, ਠੀਕ ਹੈ ਜੀ, ਸੋਰੀ 17 ਇਸੈਂਸ਼ੀਅਲ ਹੈਗੇ, 4 ਬੈਨੀਫੀਸ਼ੀਅਲ ਹੈ। ਤਾਂ ਟੋਟਲ ਫੰਕਸ਼ਨਲ ਨਿਊਟ੍ਰੈਂਟ ਦੱਸੋ ਪੁੱਤ ਕਿਵੇਂ ਹੋਈ, ਕੀ ਹਿਸਾਬ ਦੇ ਦਿਓ। 17 ਪਲੱਸ 4, ਵੈਰੀ ਗੁੱਡ, ਕਿੰਨੇ ਹੋ ਗਏ? 21। ਅਬ ਆ ਜਿਹੜੇ 4 ਹੈ ਇਹਨਾਂ ਨੇ ਵੀ ਕੋਈ ਨਾ ਕੋਈ ਕੰਮ ਕਰਨਾ, ਜਿਵੇਂ ਪਹਿਲਾਂ ਕੋਬਾਲਟ। ਤਾਂ ਤੁਹਾਡੇ ਤੋਂ ਪੁੱਛਿਆ ਵੀ ਕੋਬਾਲਟ ਕਿਸ ਚ ਹੁੰਦਾ ਗਾ, ਤਾਂ ਵਿਟਾਮਿਨ B12 ਕਿਸ ਚ ਹੁੰਦਾ ਗਾ, ਔਰ ਆ ਕੀ ਕਰਦਾ ਗਾ, ਰੂਟ ਨੋਡੂਲੇਸ਼ਨ ਐਂਡ ਨਾਈਟ੍ਰੋਜਨ ਫਿਕਸੇਸ਼ਨ ਇਨ ਲੈਗਿਊਮ ਕਰੋਪ ਜਾਂ ਪਲਸ ਕਰੋਪ, ਕਿਉਂਕਿ ਲੈਗਿਊਮ ਪਲਸ ਹੈ, ਠੀਕ ਹੈ ਜੀ, ਜੋ ਨਾਈਟ੍ਰੋਜਨ ਫਿਕਸ ਕਰਦੀਆਂ, ਠੀਕ ਹੈ ਜੀ। ਉਸ ਦੇ ਬਾਅਦ ਨੈਕਸਟ ਹੈਗਾ ਸੋਡੀਅਮ। ਆਵਾ ਫੇਰ ਦੇਖੋ ਕੀ ਕਰੂਗਾ, ਓਸਮੋ ਰੈਗੂਲੇਸ਼ਨ ਕਰੂਗਾ, ਕਿਸ ਦੇ ਅੰਦਰ ਕਰੂਗਾ, ਇਨਪਲਾਂਟ ਕਰੂਗਾ, ਠੀਕ ਹੈ ਜੀ। ਉਸ ਦੇ ਬਾਅਦ ਨੈਕਸਟ ਹੈਗਾ ਵੀ ਮਤਲਬ ਵਨੇਡੀਅਮ, ਵੀ ਮਤਲਬ ਦੁਬਾਰਾ ਬੋਲੋ ਵਨੇਡੀਅਮ। ਆਵਾ ਵਨੇਡੀਅਮ ਕੀ ਕਰਦਾ ਹੈ, ਸੋਇਲ ਦੇ ਅੰਦਰ ਡਿਫਰੈਂਟ ਮਾਈਕਰੋਬਸ ਹੁੰਦੇ ਹੈ ਜਾਂ ਮਾਈਕਰੋ ਔਰਗੈਨਿਜਮ ਜੋ ਪਲਾਂਟ ਦਾ ਗਰੋਥ ਐਂਡ ਡਿਵੈਲਪਮੈਂਟ ਕਰਦੇ, ਉਹ ਕਹਿੰਦਾ ਵੀ ਵਨੇਡੀਅਮ ਕੀ ਕਰਦਾ ਗਾ, ਤਾਂ ਕੀ ਕਰਦਾ ਗਾ, ਇਨਕਰੀਜ ਦਾ ਐਕਟੀਵਿਟੀ ਆਫ ਸੋਇਲ ਮਾਈਕਰੋ ਔਰਗੇਨਿਜਮ, ਠੀਕ ਹੈ ਜੀ। ਤਾਂ ਜੋ ਸੋਇਲ ਮਾਈਕਰੋ ਔਰਗੇਨਿਜਮਸ ਹੈਗੇ ਉਹਨਾਂ ਦੀ ਐਕਟੀਵਿਟੀ ਵਧਾਉਂਦਾ ਗਾ। ਤਾਂ ਦੇਖੋ ਪਹਿਲਾ ਹੋ ਗਿਆ ਕੋਬਾਲਟ, ਦੂਜਾ ਹੋ ਗਿਆ ਸੋਡੀਅਮ, ਤੀਜਾ ਹੋ ਗਿਆ ਵਨੇਡੀਅਮ। ਤੁਹਾਡੇ ਤੋਂ ਪੁੱਛੋ ਵੀ ਰਾਈਸ ਨੂੰ ਕਿਹੜਾ ਬੈਨੀਫਿਸ਼ੀਅਲ ਨਿਊਟ੍ਰੈਂਟ ਚਾਹੀਦਾ, ਤਾਂ ਕੁਐਸਚਨ ਆਉਂਦਾ ਵੀ ਇਸੈਂਸ਼ੀਅਲ ਨਹੀਂ ਹੈ ਲੇਕਿਨ ਰਾਈਸ ਨੂੰ ਫਿਰ ਵੀ ਉਹ ਚਾਹੀਦਾ ਗਾ। ਹੋਰ ਕੀ ਚਾਹੀਦਾ ਗਾ, ਸਿਲੀਕੋਨ, ਮਤਲਬ ਕਿਉਂ ਚਾਹੀਦਾ, ਕਿਉਂਕਿ ਰਾਈਸ ਨੂੰ ਥੱਲੇ ਡਿੱਗਣ ਤੋਂ ਬਚਾਉਂਦਾ ਹੈਗਾ। ਜਦੋਂ ਖੜੀ ਕਰੋ ਕੀ ਹੈਗਾ, ਨੀ ਪੜਨ ਦਾ ਮੂਡ ਨਹੀਂ ਤਾਂ ਜਾ ਸਕਦੀ ਹੈ ਕਲਾਸ ਚ, ਕਿ ਮਜ਼ਾਕ ਚੱਲ ਰਿਹਾ ਇੱਥੇ, ਹੋਰ ਜ਼ਿਆਦਾ ਮੀਨਾਕਾਰੀ ਦਾ ਸ਼ੌਂਕ ਹੈ ਜਾਂ ਡਰਾਇੰਗ ਕਰਨੀ ਹੈ ਤਾਂ ਇੱਥੇ ਫਰੰਟ ਦੇ ਉੱਤੇ। ਬੱਚਾ ਕਦੇ ਤਾਂ ਪੜ੍ਹਾਈ ਦੇ ਬਾਰੇ ਸੋਚ ਲਏ, ਬਸ ਠੀਕ ਹੈ ਘਰ ਦੇ ਪੈਸੇ ਦੇ ਰਹੇ ਆ, ਆ ਜਾਂਦੇ ਬਸ ਉੱਥੋਂ ਬਠਿੰਡੇ। ਤਾਂ ਸਿਲੀਕੋਨ, ਠੀਕ ਹੈ ਜੀ, ਤਾਂ ਸਿਲੀਕੋਨ ਕੀ ਹੈਗਾ, ਰਾਈਸ ਦੇ ਅੰਦਰ ਕੀ ਕਰਦਾ, ਕਰੋਪ ਲੋਡਿੰਗ, ਜਾਂ ਕੋਈ ਵਾਰ ਉਹਨੂੰ ਲੋਜ, ਦੋ ਤਰ੍ਹਾਂ ਦੇ ਪਤਾ ਯਾਦ ਰੱਖੋ ਬਸ, ਲੋਜਿੰਗ ਜਾਂ ਲੋਡਿੰਗ। ਕਿਉਂ ਆਪਾਂ ਤਾਂ, ਮੈਂ ਲੋਡਿੰਗ ਇਸ ਲਈ ਬੋਲਦਾ ਕਿਉਂਕਿ ਉਸ ਚੀਜ਼ ਕੀ ਡੀ ਆਉਂਦਾ ਗਾ, ਤਾਂ ਉਹ ਕਨਫਿਊਜ਼ ਨਹੀਂ ਕਰਦਾ, ਕਿਉਂਕਿ ਇਹ ਕਰੋਪ ਲੋਜਿੰਗ ਅਸੀਂ ਸ਼ੂਗਰ ਕੇਨ 'ਚ ਵੀ ਤਾਂ ਪੜ੍ਹਦੇ ਹਾਂ ਨਾ, ਤਾਂ ਕਰੋਪ ਲੋਜਿੰਗ ਇਨ ਸ਼ੂਗਰ ਕੇਨ, ਕਰੋਪ ਲੋਡਿੰਗ, ਦੋਨਾਂ 'ਚ ਫਰਕ ਹੈਗਾ। ਤੱਕੇ 'ਚੋਂ ਆਪਣੇ ਜੋ ਖੜੀ ਫਸਲ, ਜਿਵੇਂ ਆ ਪਲਾਂਟ ਹੈਗਾ, ਆਪਾਂ ਥੱਲੇ ਡਿੱਗ ਗਿਆ ਤਾਂ ਇਹਨੂੰ ਕਹਿੰਦੇ ਕਰੋਪ ਲੋਜਿੰਗ, ਕੀ ਕਹਿੰਦੇ, ਤਾਂ ਜਿਹੜਾ ਸਿਲੀਕੋਨ ਉਹ ਕਰੋਪ ਲੋਜਿੰਗ ਰਜਿਸਟੈਂਸ ਕਰਦਾ, ਮਤਲਬ ਥੱਲੇ ਡਿੱਗਣ ਤੋਂ ਬਚਾਉਂਦਾ ਹੈ। ਹੋਰ ਕੀ ਕਰਦਾ ਹੈਗਾ, ਯੈਲੋ ਸਟੈਮ ਬੋਰਰ ਆਉਂਦਾ ਉਸ ਤੋਂ ਬਚਾਉਂਦਾ,
ਉਹ ਕਹਿੰਦਾ ਕੀ ਕਰਦਾ ਗਾ ਤਾਂ ਇਨਕਰੀਜ ਦਾ ਰਜਿਸਟੈਂਸ ਅੰਗੇਸਟ ਕ੍ਰੋਪ ਲੋਡਿੰਗ ਜਾਂ ਕ੍ਰੋਪ ਲੋਜਿੰਗ ਐਂਡ ਬਲਾਸਟ। ਕਲੀਅਰ ਤਾਂ ਹੋ ਗਏ ਤੁਹਾਡੇ ਫੋਰ ਬੈਨੀਫਿਸ਼ੀਅਲ ਨਿਊਟ੍ਰੈਂਟ। ਇੱਥੋਂ ਤੱਕ ਕਲੀਅਰ ਹੋਇਆ ਤਾਂ ਦੱਸੋ। ਤਾਂ ਪਹਿਲਾ ਪਾਰਟ ਅਸੀਂ ਪੜ੍ਹਿਆ ਨਿਊਟ੍ਰੈਂਟ, ਉਹਨਾਂ ਦੇ ਫੰਕਸ਼ਨਸ, ਉਹਨਾਂ ਦੀਆਂ ਅਪਟੇਕ ਫੋਰਮ। ਠੀਕ ਹੈ ਜੀ। ਅਪਟੇਕ ਫੋਰਮ 'ਚ ਅਸੀਂ ਇਕੱਲਾ ਨਾਈਟ੍ਰੋਜਨ 'ਚ ਹੀ ਜ਼ੋਰ ਦਿੱਤਾ ਕਿਉਂਕਿ ਨਾਈਟ੍ਰੋਜਨ 'ਚ ਥੋੜ੍ਹਾ ਜਿਹਾ ਕੀ ਸੀ ਇੰਪੋਰਟੈਂਟ ਸੀਗਾ, ਬਾਕੀ ਅਪਟੇਕ ਫੋਰਮ 'ਚ। ਫਿਰ ਅਸੀਂ ਕੀ ਪੜ੍ਹੇ? ਸਿਮਟਮਸ ਔਰ ਡਿਸਆਰਡਰ ਪੜ੍ਹੇ। ਕਲੀਅਰ ਹੋ ਗਏ ਸਾਰਿਆਂ ਨੂੰ? ਠੀਕ ਹੈ ਜੀ। ਅਬ ਉਸ ਦੇ ਬਾਅਦ ਤੁਸੀਂ ਕਿਹਾ ਵੀ ਅਗਰ ਨਿਊਟ੍ਰੈਂਟ ਦੀ ਅਗਰ ਕਮੀ ਹੈ ਤਾਂ ਸਾਨੂੰ ਕੀ ਕਰਨਾ ਪਊਗਾ? ਫਰਟੀਲਾਈਜ਼ਰ ਐਡ ਕਰਨਾ ਪਊਗਾ। ਨਿਊਟ੍ਰੈਂਟ ਤਾਂ ਹੋ ਗਿਆ। ਅਬ ਨਿਊਟ੍ਰੈਂਟ ਦੀ ਕਮੀ ਹੈ ਤਾਂ ਕੁਛ ਨਾ ਕੁਛ ਐਡ ਕਰਨਾ ਪਊਗਾ। ਤਾਂ ਨੈਕਸਟ ਹੈਗਾ ਫਰਟੀਲਾਈਜ਼ਰ। ਇਸ ਤੋਂ ਕੁਐਸਚਨ ਆਊਗਾ ਬਈ ਫਰਟੀਲਾਈਜ਼ਰ ਐਂਡ ਮੈਨਿਊਰ। ਠੀਕ ਹੈ ਜੀ। ਤਾਂ ਪਹਿਲਾਂ ਲਵਾਂਗੇ ਅਸੀਂ ਮੈਨਿਊਰ। ਉਹ ਕਹਿੰਦਾ ਵੀ ਆ ਮੈਨਿਊਰ ਕੀ ਹੁੰਦੀ ਹੈਗੀ? ਉਹ ਕਹਿੰਦਾ ਵੀ ਆ ਕਾਰਬਨਿਕ ਸਬਸਟਾਂਸ ਹੈਗੇ। ਕੀ ਹੈਗੇ ਪੁੱਤ? ਕਾਰਬਨਿਕ ਸਬਸਟਾਂਸ ਹੈਗੇ। ਇੱਕ ਆਪਣੇ ਤਾਂ ਕਾਰਬਨਿਕ ਸਬਸਟਾਂਸ, ਕਾਰਬਨਿਕ ਮਤਲਬ ਇਹ ਜਿਹੇ ਪਲਾਂਟ ਪਾਰਟ ਹੋਣਗੇ ਜਿਵੇਂ ਸੈਲੂਲੋਜ, ਹੈਮੀ ਸੈਲੂਲੋਜ, ਕਿਉਂਕਿ ਪਲਾਂਟ ਪਾਰਟ ਹੈ ਤਾਂ ਉੱਥੇ ਸੈਲੂਲੋਜ ਤਾਂ ਹੋਊਗਾ ਹੀ ਹੋਊਗਾ। ਤਾਂ ਕਹਿੰਦਾ ਵੀ ਕਾਰਬਨਿਕ ਸਬਸਟਾਂਸ ਹੈ। ਤਾਂ ਕਹਿੰਦਾ ਕਾਰਬਨਿਕ ਸਬਸਟਾਂਸ ਪ੍ਰੋਵਾਈਡਿੰਗ ਦਾ ਨਿਊਟ੍ਰੈਂਟ ਪ੍ਰੋਵਾਈਡਿੰਗ ਦਾ ਨਿਊਟ੍ਰੈਂਟ ਇਨ ਲੋ ਅਮਾਊਂਟ ਐਂਡ ਔਰਗੈਨਿਕ ਮੈਟਰ ਇਨ ਹਾਈ ਅਮਾਊਂਟ। ਤਾਂ ਇਹਨੂੰ ਕੀ ਕਹਿੰਦੇ ਪੁੱਤ? ਮੈਨਿਊਰ ਕਹਿੰਦੇ। ਮੈਂ ਪਹਿਲਾਂ ਮੈਨਿਊਰ ਦੇ ਨਾਂ ਲਿਖ ਦਿੰਦਾ ਗਾ, ਫਿਰ ਆਪਾਂ ਇਹਦੇ ਬਾਰੇ, ਜਿਵੇਂ ਐਫ ਵਾਈ ਐਮ ਹੈ, ਫੁੱਲ ਫਾਰਮ ਕੀ ਹੈ ਪੁੱਤ ਇਹਦਾ? ਫਿਰ ਵਰਮੀ ਕੰਪੋਸਟ ਹੈਗਾ, ਫਿਰ ਕੰਪੋਸਟ ਹੈਗਾ। ਠੀਕ ਹੈ ਜੀ। ਉਸਦੇ ਬਾਅਦ ਹੋਰ ਕੀ ਹੈਗਾ? ਹਾਂਜੀ, ਗ੍ਰੀਨ ਮੈਨਿਊਰ। ਠੀਕ ਹੈ ਜੀ। ਉਸਦੇ ਬਾਅਦ ਹੈਗਾ ਓਇਲ ਕੇਕ। ਕੀ ਹੈਗੇ? ਆ ਹੈਗੇ। ਅਬ ਇੱਥੋਂ ਤੁਹਾਡੇ ਤੋਂ ਕੁਐਸਚਨ ਕੀ ਪੁੱਛਿਆ ਜਾਊਗਾ? ਕੁਐਸਚਨ ਪੁੱਛਿਆ ਜਾਊਗਾ ਵੀ ਐਫ ਆਈ ਐਮ ਦੇ ਅੰਦਰ ਨਾਈਟ੍ਰੋਜਨ ਦੱਸੋ, ਵਰਮੀ ਕੰਪੋਸਟ ਦੇ ਅੰਦਰ ਨਾਈਟ੍ਰੋਜਨ ਦੱਸੋ,
ਪਹਿਲਾ ਕੁਐਸਚਨ ਸੁਣ ਲਓ ਵੀ ਪਹਿਲਾਂ ਤਾਂ ਕੀ ਪੁੱਛਿਆ ਜਾਊਗਾ ਵੀ ਉਸ 'ਚ ਕਿੰਨਾ ਨਿਊਟ੍ਰੈਂਟ ਹੈ ਉਹ ਦੱਸੋ। ਨਿਊਟ੍ਰੈਂਟ ਦੇ ਬਾਅਦ ਦੂਜਾ ਜੋ ਤੁਹਾਡੇ ਤੋਂ ਪੁੱਛਿਆ ਜਾਊਗਾ, ਠੀਕ ਹੈ ਜੀ, ਉਹ ਪੁੱਛਿਆ ਜਾਊਗਾ ਫਰਟੀਲਾਈਜ਼ਰ ਦੇ ਬਾਰੇ। ਤਾਂ ਪਹਿਲਾਂ ਦੱਸੋ ਕੁਐਸਚਨ ਪਤਾ ਚੱਲ ਰਿਹਾ ਕਿੱਦਾਂ ਦਾ ਆਊਗਾ ਇੱਥੋਂ? ਤਾਂ ਪਹਿਲਾ ਕੁਐਸਚਨ ਸੁਣੋ ਫਿਰ। ਆਪਣਾ ਨੋਟਸ ਕੱਢ ਲਓ, ਉਸ 'ਚ ਪੁਆਇੰਟ ਲਿਖਾਊਂਗਾ, ਕੁਛ ਐਡ ਕਰਨੇ ਹੈ। ਹਾਂਜੀ, ਤਾਂ ਸਿੱਧੇ ਕੁਐਸਚਨ ਹੀ ਲਿਖਾਂਗੇ ਅਸੀਂ। ਪਹਿਲਾ ਕੁਐਸਚਨ, ਨਾਈਟ੍ਰੋਜਨ ਪਰਸੈਂਟੇਜ ਇਨ ਐਫ ਵਾਈ ਐਮ ਤਾਂ 0.5 ਤੋਂ ਲੈ ਕੇ 1.5%, ਕਿੰਨਾ? ਠੀਕ ਹੈ ਜੀ, ਤਾਂ ਪਹਿਲਾ ਕੁਐਸਚਨ ਕੀ ਆਊਗਾ ਵੀ ਨਾਈਟ੍ਰੋਜਨ ਪਰਸੈਂਟੇਜ ਇਨ ਐਫ ਵਾਈ ਐਮ, ਤਾਂ ਤੁਸੀਂ ਕਹਿਤਾ ਵੀ 0.5 ਤੋਂ ਲੈ ਕੇ ਕਿੰਨਾ ਹੈਗਾ? ਫਿਰ ਨੈਕਸਟ ਹੈਗਾ ਨਾਈਟ੍ਰੋਜਨ ਪਰਸੈਂਟੇਜ ਇਨ ਵਰਮੀ ਕੰਪੋਸਟ, ਠੀਕ ਹੈ ਜੀ, ਰੇਂਜ ਚ ਯਾਦ ਰੱਖਣਾ ਪੁੱਤ। ਫਿਰ ਹੈਗਾ ਨਾਈਟ੍ਰੋਜਨ ਪਰਸੈਂਟੇਜ ਇਨ ਕੰਪੋਸਟ, ਆ ਯਾਦ ਰੱਖਣੇ ਬਸ। ਤਾਂ ਪਹਿਲਾਂ ਤੁਸੀਂ ਪੜਿਆ ਮੈਨਿਊਰ, ਮੈਨਿਊਰ 'ਚ ਤੁਸੀਂ ਕਿਹਾ ਡਿਫਰੈਂਟ ਮੈਨਿਊਰ ਹੈ ਜੀ 'ਚ ਐਫ ਵਾਈ ਐਮ, ਫਿਰ ਵਰਮੀ ਕੰਪੋਸਟ, ਵਰਮੀ ਕੰਪੋਸਟ ਨੂੰ ਕੀ ਕਹਿੰਦੇ ਪੁੱਤ? ਕੈਂਚਵੇ ਦੀ ਖਾਦ। ਤੇ ਇਸ 'ਚ ਕੀ ਯੂਜ ਹੁੰਦਾ ਹੈਗਾ? ਯੂਜ ਦਾ ਅਰਥ ਵਾਰਮ, ਠੀਕ ਹੈ ਜੀ, ਫਿਰ ਕੰਪੋਸਟ ਔਰ ਗ੍ਰੀਨ ਮੈਨਿਊਰ। ਫਿਰ ਹੈਗਾ ਉਹ, ਤਾਂ ਪਹਿਲਾਂ ਇੱਥੋਂ ਦੇਖੋ ਕਲੀਅਰ ਹੋ ਗਿਆ ਇੱਥੋਂ ਤੱਕ ਆ। ਫਿਰ ਤੁਹਾਡੇ ਤੋਂ ਪੁੱਛਿਆ ਜਾਊਗਾ ਓਇਲ ਕੇਕ, ਤੋ ਕਹਿੰਦਾ ਵੀ ਓਇਲ ਕੇਕ ਦੇ ਅੰਦਰ ਪਹਿਲਾ ਗਰਾਊਂਡ ਨਟ, ਤਾਂ ਗਰਾਊਂਡ ਨਟ ਦੇ ਅੰਦਰ ਨਾਈਟ੍ਰੋਜਨ ਦੱਸੋ। ਤਾਂ ਗਰਾਊਂਡ ਨਟ ਕੇਕ 'ਚ ਨਾਈਟ੍ਰੋਜਨ ਕਿੰਨਾ ਪੁੱਤ? 7.3%। ਫਿਰ ਮਸਟਰਡ, ਮਸਟਰਡ ਕੇਕ ਦੇ ਅੰਦਰ ਕਿੰਨਾ?
ਕਲੀਅਰ ਇੱਥੋਂ ਤੱਕ? ਫਿਰ ਉਹਦੇ ਬਾਅਦ ਹੈਗਾ ਗ੍ਰੀਨ ਮੈਨਿਊਰ, ਆ ਇੰਪੋਰਟੈਂਟ ਹੈਗਾ ਗ੍ਰੀਨ ਮੈਨਿਊਰ। ਅਬ ਗ੍ਰੀਨ ਮੈਨਿਊਰ ਚ ਦੇਖੋ ਕੀ ਹੈਗਾ, ਧਿਆਨ ਨਾਲ ਸੁਣੋ। ਪਹਿਲਾਂ ਪੁੱਛੋ ਵੀ ਗ੍ਰੀਨ ਮੈਨਿਊਰ ਚ ਕਿਹੜੀ ਕਿਹੜੀ ਕਰੋਪਸ ਯੂਜ ਹੁੰਦੀਆਂ, ਤਾਂ ਮੈਂ ਪਹਿਲਾਂ ਕਰੋਪਸ ਦੇ ਨਾਂ ਲਿਖ ਦਿੰਦਾ। ਪਹਿਲਾ ਹੈਗਾ ਪੁੱਤ ਡੇਂਚਾ, ਕੀ ਹੈਗਾ? ਦੂਜਾ ਹੈਗਾ ਸਨਹੇਮ, ਹੋ ਗਿਆ। ਔਰ ਤੀਜਾ ਹੈਗਾ ਕਿਊਸ਼ਨ ਆਊਗਾ, ਕਿਉਂ ਪੇਜ ਫਰੋਲ ਰਹੇ ਹੋ ਯਾਰ ਹੁਣ? ਹਾਂਜੀ ਬੋਲ ਬੋਲ। ਹਾਂ ਤਾਂ ਹੈਗਾ ਇੰਨਾ ਵੀ, ਹਾਂ ਤਾਂ 0.7 ਆ ਦੇਖਣਾ ਗੁਰੂ ਜਾ ਯਾਰ, 0 ਡਿਗਰੀ ਚ ਬੈਠ ਕੇ ਪਾਰਟੀ ਕੀਤੀ ਇਕੱਲੀ ਤਾਂ। ਅਬ ਇਹਦਾ ਦੋਨਾਂ ਦਾ ਅਬ ਤੈਨੂੰ ਕਿੰਨਾ ਯਾਦ ਹੈਗਾ? ਅਬ ਆਪਸ਼ਨ ਚ ਸਪੋਜ਼ ਕਰ ਆਇਆ ਹੀ ਨੀ, ਜਿਵੇਂ ਤੁਸੀਂ ਕੁਐਸਚਨ ਚ ਕਹਿ ਰਹੇ ਸਰ ਦੋਨਾਂ ਦਾ ਐਵਰੇਜ ਲਓ, ਤਾਂ ਇੱਕ ਆਇਆ। ਅਬ ਇੱਕ ਦੇ ਨੀਅਰ ਅਬਾਊਟ ਦੇਖੋ ਕਿਹੜਾ ਹੈਗਾ, ਨੀਅਰ ਅਬਾਊਟ ਦੇਖਣਾ। ਬਾਈ ਚਾਂਸ ਤੁਹਾਨੂੰ ਰੇਂਜ ਉੱਤੇ ਯਾਦ ਕੀਤਾ ਸਿੰਗਲ ਫਿਗਰ ਆ ਗਿਆ, ਔਰ ਸਿੰਗਲ ਫਿਗਰ ਤੁਸੀਂ ਨਹੀਂ ਪੜਿਆ ਤਾਂ ਕੁਛ ਨਹੀਂ ਕਰਨਾ। ਜੋ ਰੇਂਜ ਯਾਦ ਹੈ ਤੁਹਾਨੂੰ ਉਹਦਾ ਮੀਨ ਵੈਲਿਊ ਲੈ ਲਓ, ਬਸ ਮੀਨ ਤਾਂ ਲੈਣਾ ਆਉਂਦਾ ਹੀ ਹੈ। ਤਾਂ ਜੋ ਰੇਂਜ ਯਾਦ ਹੈ ਉਹਦਾ ਮੀਨ ਲੈ ਲਓ, ਮੀਨ ਦੇ ਨੀਅਰ ਅਬਾਊਟ ਦੇਖੋ ਕੌਣ ਹੈਗਾ, ਜੋ ਵੀ ਮੀਨ ਆਪਣੇ ਮੀਨ ਵੈਲਿਊ ਦੇ ਨੀਅਰ ਅਬਾਊਟ ਹੈ ਉਹ ਤੁਹਾਡਾ ਆਂਸਰ ਹੈ। ਠੀਕ ਹੈ ਪੰਡਿਤ ਜੀ, ਕਲੀਅਰ ਬਈ? ਤਾਂ ਆਪਾਂ ਕਿਹਾ ਵੀ ਪਹਿਲਾਂ ਤਾਂ ਗ੍ਰੀਨ ਮੈਨ, ਤਾਂ ਕਾਊ ਪੀ ਚ ਕੁਐਸਚਨ ਆਊਗਾ ਦੀ ਫੋਡਰ ਗ੍ਰੀਨ ਮੈਨਿਊਰ ਐਂਡ ਪਲਸ ਕਰੋਪ ਦੱਸੋ ਕਿਹੜੀ ਹੈਗੀ, ਤਾਂ ਕਿਹੜੀ ਹੈਗੀ? ਫਿਰ ਉਹ ਕਹਿੰਦਾ ਗ੍ਰੀਨ ਮੈਨਿਊਰ ਠੀਕ ਹੈ ਜੀ, ਪਲੱਸ ਫਾਈਬਰ ਕਰੋਪ ਦੱਸੋ ਕਿਹੜੀ ਹੈ, ਠੀਕ ਹੈ ਜੀ। ਔਰ ਉਹਦੇ ਬਾਅਦ ਆ ਗਿਆ ਡੇਂਚਾ, ਡੇਂਚੇ ਨੂੰ ਲੋਕਲ ਲੈਂਗੁਏਜ ਜੰਤਰ, ਉਹ ਕਹਿੰਦਾ ਸੀਡ ਰੇਟ ਆਫ ਡੇਂਚਾ ਫੋਰ ਗ੍ਰੀਨ ਮੈਨਿਊਰ, ਸੀਡ ਰੇਟ ਆਫ ਡੇਂਚਾ ਫੋਰ ਗ੍ਰੀਨ ਮੈਨਿਊਰ ਤਾਂ ਕਿੰਨਾ, ਤਾਂ ਦੋ ਡਾਟਾ ਯਾਦ ਰੱਖਣਾ ਹੈ। ਅਗਰ ਸਿੱਧਾ ਪੁੱਛਿਆ ਜਾਵੇ ਤਾਂ 20 ਕਿਲੋ ਪਰ ਏਕੜ, ਔਰ ਹੈਕਟੇਅਰ ਚ ਪੁੱਛਿਆ ਜਾਵੇ 50 ਤੋਂ 60 ਕਿਲੋ, ਔਰ ਅਗਰ ਮੰਨ ਲਓ 50 ਤੋਂ 60 ਆਇਆ ਨਹੀਂ ਤਾਂ ਇਕੱਲੇ ਦੇ ਫੇਵਰ ਚ ਜਾਣਾ, ਤਾਂ ਕਿਹਦੇ ਫੇਵਰ ਚ? ਸਮਝ ਗਏ ਕਿਹਦੇ ਫੇਵਰ ਚ ਆ ਰਿਹਾ ਪੰਜਾਬ ਤੇਰੇ? ਕਿੱਥੇ ਕਿੱਥੇ ਉਹ ਮਾਮਲਾ ਗੜਬੜਾਊਗਾ ਵੀ ਆਪਾਂ ਹੈਕਟੇਅਰ ਔਰ ਏਕੜ ਦਾ ਰਿਲੇਸ਼ਨ ਸਮਝ ਲਿਆ ਨਾ, ਵੀ ਇੱਕ ਹੈਕਟੇਅਰ ਚ 2.5 ਏਕੜ ਹੁੰਦਾ, ਤਾਂ ਕਿੱਥੇ ਕਿੱਥੇ ਤੁਸੀਂ ਜਦੋਂ 2.5 ਏਕੜ ਦੀ ਕੈਲਕੂਲੇਸ਼ਨ ਕਰੋਗੇ ਨਾ, ਉੱਥੇ ਮਾਮਲਾ ਗੜਬੜਾ ਜੂਗਾ, ਜਿਵੇਂ ਰਾਈਸ ਚ ਗੜਬੜਾ ਜਾਂਦਾ, ਰਾਈਸ ਦੇ ਅੰਦਰ ਹੋ ਜਾਂਦਾ ਨਾ ਗੜਬੜ। ਉਦਾਸ ਕੈਸੇ ਲੱਗ ਰਹੀ ਹੈ ਗੀਤਾ? ਹਾਂ ਯਾਰ ਜਾਣਾ ਹੈ ਬਠਿੰਡਾ ਛੋੜ ਕੇ, ਤਾਂ ਮਨ ਨਹੀਂ ਲੱਗ ਰਿਹਾ ਜਾਣੇ ਕੋ, ਕਬ ਜਾ ਰਹੇ ਘਰ? ਆ ਜੀ
आ गए मम्मा, पीजी में बिठा के आयो, भी आप बैठो हम पढ़ रहे हैं बिसाते हैं। अब 2-3 दिन तेरे पापा ने पढ़ाना मैं बंदा, ठीक है? तो खूब रिप्लाई करने, कहीं इंसल्ट मत करा देना मेरी। हाँ जी क्लियर इतों तक? अब सन हिम्प का पूछे ता भी की सीड रेट हैगा, आई हैगा 20 किलो और 50 तो 60 किलो। ਉਹ ਕਹਿੰਦਾ ਡੈਂਚੇ ਨੂੰ ਅਗਰ ਤੁਸੀਂ ਗ੍ਰੀਨ ਮੈਨਿਊਰਿੰਗ ਪਰਪਸ ਵਾਸਤੇ ਗਰੋ ਕਰੋਗੇ ਤਾਂ ਅਪ੍ਰੈਲ 'ਚ ਗਰੋ ਕਰੋਗੇ, ਔਰ ਸੀਡ ਪਰਪਸ ਵਾਸਤੇ ਕਰੋਗੇ ਤਾਂ ਜੂਨ। ਠੀਕ ਹੈ ਜੀ, ਕਲੀਅਰ ਇੱਥੋਂ ਤੱਕ? ਤਾਂ ਸੀਗੀਆਂ ਮੈਨਿਊਰਸ, ਹੁਣ ਆ ਗਏ ਫਰਟੀਲਾਈਜ਼ਰ। ਕੀ ਆ ਗਿਆ ਪੁੱਤ? ਤੋ ਕਹਿੰਦਾ ਵਾਟ ਇਜ ਦਾ ਫਰਟੀਲਾਈਜ਼ਰ? ਉਹ ਭਰਾਵਾ ਰੁਕ ਜਾ, ਕਿਉਂ ਪੇਜ ਪਲਟਣ ਤੇ ਲੱਗਿਆ ਹੋਇਆ ਤੂੰ? ਜਿਹੜਾ ਵੀ ਘੋੜਾ ਦੌੜਾਣਾ ਕਰੇ ਜਾ ਕੇ ਦੌੜਾ ਲਿਓ ਨਾ, ਤੇ ਬੁਕਲੇਟ ਤੇ ਜਿੰਨਾ ਵੀ ਭਜਨ ਹੈਗਾ। ਹੱਦ ਕਰ ਰਹੀ ਆ ਤਾਂ ਫਰਟੀਲਾਈਜ਼ਰ। ਤੋ ਕਹਿੰਦਾ ਵੀ ਆ ਫਰਟੀਲਾਈਜ਼ਰ ਕੀ ਹੁੰਦੇ? ਸਿੰਥੈਟਿਕ ਹੁੰਦੇ ਆ। ਮੈਨਿਊਰ ਚ ਕੀ ਹੋਊਗਾ? ਪਲਾਂਟ ਪਾਰਟ ਯੂਜ ਹੋਊਗਾ। ਕੀ ਯੂਜ ਹੋਊਗਾ? ਪਲਾਂਟ ਪਾਰਟ ਯੂਜ ਹੋਊਗਾ। ਹੋ ਗਿਆ ਸਾਰਿਆਂ ਦਾ? ਜੋ ਬੁਕਲੇਟ ਚ ਲਿਖਿਆ ਉਹੀ ਪੜ੍ਹਾ ਰਹੇ ਹਨ, ਤਾਂ ਧਿਆਨ ਨਾਲ ਸੁਣ ਲਓ। ਕੋਈ ਕੋਈ ਅੰਗੜਾਈ ਲੈ ਰਿਹਾ, ਕੋਈ ਕੁਛ ਗਰਮੀ ਲੱਗ ਰਹੀ, ਫੁਹਾਰੇ ਚਲਵਾਵਾਂ ਕਲਾਸ ਚ? ਨਹੀਂ ਦੱਸ ਦੋ ਜੇ ਲੱਗ ਰਹੀ ਹੈ। ਮੈਰਿਜ ਫੰਕਸ਼ਨ ਚ ਆਉਂਦਾ ਨਾ ਇੱਕ ਕੂਲਰ ਆਉਂਦਾ ਜਿਸ ਨਾਲ ਪਾਣੀ ਦਾ ਮਿਸਟ ਹੁੰਦੀ ਹੈ, ਉਹ ਲੈ ਕੇ ਆਈ ਹੈ? ਤਾਂ ਸੁਣੋ ਫਿਰ, ਤਾਂ ਫਰਟੀਲਾਈਜ਼ਰ ਕੀ ਹੈਗਾ? ਸਿੰਥੈਟਿਕ ਇਨਔਰਗੈਨਿਕ ਸਬਸਟਾਂਸ ਹੈਗੇ, ਔਰ ਆ ਕੀ ਕਰਦੇ ਗੇ? ਪਲਾਂਟ ਨੂੰ ਨਿਊਟ੍ਰੈਂਟ ਤੋਂ, ਤਾਂ ਸਿੰਥੈਟਿਕ ਔਰ ਇਨਔਰਗੈਨਿਕ ਸਬਸਟਾਂਸ providing the nutrient in high amount, providing the nutrient in high amount, ਠੀਕ ਹੈ ਜੀ? ਤਾਂ ਹਾਈ ਅਮਾਊਂਟ ਦੇ ਅੰਦਰ ਕੀ ਕਰਨਗੇ? ਨਿਊਟ੍ਰੈਂਟ ਪ੍ਰੋਵਾਈਡ ਕਰਨਗੇ। ਕਲੀਅਰ? ਐਂਡ ਔਰਗੈਨਿਕ ਮੈਟਰ ਵੈਰੀ ਲੋ, ਕੁਛ ਵੀ ਨਹੀਂ ਹੁੰਦਾ ਔਰਗੈਨਿਕ ਮੈਟਰ, ਠੀਕ ਹੈ? ਆ ਫਰਟੀਲਾਈਜ਼ਰ ਬੱਚੇ ਇੱਥੋਂ ਧਿਆਨ ਨਾਲ ਸੁਣਨਾ ਵੀ। ਉਹ ਕਹਿੰਦਾ ਵੀ ਫਰਟੀਲਾਈਜ਼ਰ ਕਿੰਨੇ ਟਾਈਪ ਦੇ? ਦੇਖੋ ਇੱਕ ਤਾਂ ਫਰਟੀਲਾਈਜ਼ਰ ਦਾ ਟਾਈਪ 2 ਤਰੀਕੇ ਨਾਲ ਬੋਲ ਸਕਦਾ ਮੈਂ, ਵੀ ਇੱਕ ਤਾਂ ਕਿਹੜਾ ਫਰਟੀਲਾਈਜ਼ਰ ਕਿਸ ਦੀ ਸਪਲਾਈ ਕਰ ਰਿਹਾ, ਵੀ ਕਿਹੜਾ ਫਰਟੀਲਾਈਜ਼ਰ ਕਿਸ ਨਿਊਟ੍ਰੈਂਟ ਦੀ ਸਪਲਾਈ ਕਰ ਰਿਹਾ। ਜਿਵੇਂ ਨਾਈਟ੍ਰੋਜਨ ਦੀ ਸਪਲਾਈ ਕਰ ਰਿਹਾ ਤਾਂ ਨਾਈਟ੍ਰੋਜਨ ਫਰਟੀਲਾਈਜ਼ਰ ਹੋ ਗਿਆ, ਪੀ ਦੀ ਸਪਲਾਈ ਕਰਿਆ ਤਾਂ ਫੋਸਫੋਰ ਫਰਟੀਲਾਈਜ਼ਰ ਹੋ ਗਿਆ, ਸਮਝ ਗਏ ਨਾ? ਤੋ ਕਹਿੰਦਾ ਵੀ ਆ ਫਰਟੀਲਾਈਜ਼ਰ, ਦੂਜਾ ਆਪਾਂ ਇੱਥੇ ਕਿੰਨਾ ਨਿਊਟ੍ਰੈਂਟ ਪ੍ਰੋਵਾਈਡ ਕਰੇ। ਅਗਰ ਸਪੋਜ ਕਰੋ ਕੋਈ ਵੀ ਫਰਟੀਲਾਈਜ਼ਰ ਓਨਲੀ ਪ੍ਰਾਇਮਰੀ ਨਿਊਟ੍ਰੈਂਟ, ਸਿੰਗਲ ਪ੍ਰਾਇਮਰੀ ਨਿਊਟ੍ਰੈਂਟ ਸਪਲਾਈ ਕਰ ਰਿਹਾ, ਤੁਹਾਨੂੰ ਕਹਿੰਦੇ ਸਟ੍ਰੇਟ ਫਰਟੀਲਾਈਜ਼ਰ। ਕਿਹੜਾ? ਜਿਵੇਂ ਯੂਰੀਆ ਹੈ, ਤਾਂ ਯੂਰੀਆ ਕੀ ਕਰੇ? ਕੱਲਾ ਨਾਈਟ੍ਰੋਜਨ ਦੇ ਰਿਹਾ। ਤਾਂ ਉਹ ਕਹਿੰਦਾ ਟਾਈਪਸ ਆਫ ਫਰਟੀਲਾਈਜ਼ਰ ਚ ਪਹਿਲਾ ਕਿਹੜਾ ਹੈਗਾ ਪੁੱਤ? ਸਟ੍ਰੇਟ ਫਰਟੀਲਾਈਜ਼ਰ। ਉਹ ਕਹਿੰਦਾ ਵੀ ਆ ਸਟ੍ਰੇਟ ਫਰਟੀਲਾਈਜ਼ਰ ਕੀ ਹੁੰਦੇ? ਉਹ ਕਹਿੰਦਾ ਇਟ ਇਜ
ਪ੍ਰੋਵਾਈਡਿੰਗ ਓਨਲੀ ਵਨ ਲਿਖਾਂ ਜਾਂ ਸਿੰਗਲ? ਸਿੰਗਲ ਪ੍ਰਾਇਮਰੀ ਨਿਊਟ੍ਰੀਐਂਟ। ਆਲੋਚ ਖੁਸ਼, ਤੋ ਕਹਿੰਦਾ ਐਗਜ਼ਾਮਪਲ ਦੱਸੋ ਇਹਦਾ, ਤੋ ਕਹਿੰਦਾ ਯੂਰੀਆ। ਆਪਾਂ ਯੂਰੀਆ ਕੀ ਕਰ ਰਿਹਾ ਪੁੱਤ? ਤਾਂ ਆਪਾਂ ਦੇਖੋ ਸਟ੍ਰੇਟ ਫਰਟੀਲਾਈਜ਼ਰ ਦੀ ਡੈਫੀਨੇਸ਼ਨ ਪੜ੍ਹੋ ਪਹਿਲਾਂ। ਆ ਵੇਸ ਤੁਸੀਂ ਕੀ ਕਿਹਾ ਸੀਗਾ, ਇੱਕ ਹੀ ਔਰ ਕਿਹੜਾ, ਉਹ ਵੀ ਪ੍ਰਾਇਮਰੀ। ਤਾਂ ਲਓ ਦੇਖੋ ਪੁੱਤ, ਯੂਰੀਆ। ਅਬ ਯੂਰੀਆ ਕੀ ਹੈਗਾ? ਨਾਈਟ੍ਰੋਜਨ ਕਿੰਨਾ, ਕਲੀਅਰ? ਕੋਈ ਦਿੱਕਤ ਇੱਥੋਂ ਤੱਕ? ਉਸ ਦੇ ਬਾਅਦ ਨੈਕਸਟ ਹੈਗਾ ਹਾਂਜੀ, ਅਬ ਦੂਜੇ ਕੀ ਹੈਗੇ ਕੰਪਾਊਂਡ, ਕਿਹੜੇ? ਔਰ ਕੰਪਾਊਂਡ ਦਾ ਦੂਜਾ ਨਾਂ ਕੀ ਸੀਗਾ? ਕੰਪਲੈਕਸ। ਕੰਪਾਊਂਡ ਜਾਂ ਕੰਪਲੈਕਸ ਫਰਟੀਲਾਈਜ਼ਰ, ਉਹ ਕਹਿੰਦਾ ਵੀ ਆਹ ਕੀ ਕਰਨਗੇ, ਪ੍ਰੋਵਾਈਡਿੰਗ ਦਾ ਟੂ ਪ੍ਰਾਇਮਰੀ ਨਿਊਟ੍ਰੈਂਟ। ਔਰ ਤਿੰਨੋਂ ਦੋ ਪ੍ਰਾਇਮਰੀ ਨਿਊਟ੍ਰੈਂਟ ਪ੍ਰੋਵਾਈਡ ਕਰੇ ਤਾਂ ਐਗਜ਼ਾਮਪਲ ਕੀ ਲਵਾਂਗੇ? ਡੀਏਪੀ। ਡੀਏਪੀ ਦੇ ਅੰਦਰ ਕੀ ਹੁੰਦਾ ਪੁੱਤ? ਤਾਂ ਡੀਏਪੀ ਚ ਨਾਈਟ੍ਰੋਜਨ ਕਿੰਨਾ, ਕੀ ਕਿੰਨਾ? ਤਾਂ ਦੇਖੋ ਦੋ ਦਾ ਕਰ ਰਿਹਾਗਾ। ਸਮਝ ਆ ਗਿਆ, ਕੁਸ਼ਚਨ ਆਊਗਾ ਸਟ੍ਰੇਟ ਫਰਟੀਲਾਈਜ਼ਰ ਦੱਸੋ, ਐਗਜ਼ਾਮਪਲ ਰੱਟਾ ਮਾਰੋ ਸਿੱਧਾ, ਕੀ ਹੈਗਾ ਸਟ੍ਰੇਟ ਫਰਟੀਲਾਈਜ਼ਰ? ਫਿਰ ਆਊਗਾ ਕੰਪਾਊਂਡ ਜਾਂ ਕੰਪਲੈਕਸ ਫਰਟੀਲਾਈਜ਼ਰ ਦੱਸੋ, ਕਲੀਅਰ? ਉਸ ਦੇ ਬਾਅਦ ਨੈਕਸਟ ਕੰਪਲੀਟ ਫਰਟੀਲਾਈਜ਼ਰ। ਆਪਾਂ ਕੰਪਲੀਟ ਫਰਟੀਲਾਈਜ਼ਰ ਕੀ ਕਰਨਗੇ ਪੁੱਤ? ਤਾਂ ਆ ਕੀ ਕਰਨਗੇ, ਪ੍ਰੋਵਾਈਡਿੰਗ ਪ੍ਰਾਇਮਰੀ ਨਿਊਟ੍ਰੈਂਟ। ਤਾਂ ਪ੍ਰਾਇਮਰੀ ਨਿਊਟ੍ਰੈਂਟ ਪ੍ਰੋਵਾਈਡ ਕਰਨਗੇ। ਤਾਂ ਜੋ ਇਕੱਲੇ ਪ੍ਰਾਇਮਰੀ ਨਿਊਟ੍ਰੈਂਟ ਪ੍ਰੋਵਾਈਡ ਕਰਨਗੇ ਉਹ ਕੀ? ਤਿੰਨੋਂ ਪ੍ਰੋਵਾਈਡ ਕਰਨਗੇ ਤਾਂ ਕੰਪਲੀਟ। ਉਸ ਦੇ ਬਾਅਦ ਨੈਕਸਟ ਲੋ ਐਨਾਲਾਈਟਿਕ। ਤਾਂ ਲੋ ਐਨਾਲਾਈਟਿਕ ਕਿਹੜਾ ਹੈਗਾ? ਹਾਈ ਐਨਾਲਾਈਟਿਕ ਨਾ ਦੱਸ ਦੋ। ਅਰੇ ਕੁਛ ਮੈਂ ਰਿਪਲਾਈ ਪੁੱਛਿਆ ਤੁਹਾਡੇ ਤੋਂ,
ਤਾਂ ਰਿਪਲਾਈ ਕਰਦੇ ਰਹੋ ਨਾਲ ਨਾਲ। ਤਾਂ ਲੋ ਐਨਾਲਾਈਟਿਕ ਦਾ ਐਗਜ਼ਾਮਪਲ ਦੱਸੋ, ਔਰ ਹੋਣਗੇ ਕਿਹੜੇ ਲੋ ਐਨਾਲਾਈਟਿਕ? ਤੋ ਕਹਿੰਦਾ ਵੀ ਆ ਕੀ ਹੋਣਗੇ? ਤੋ ਕਹਿੰਦਾ ਲੋ ਐਨਾਲਾਈਟਿਕ ਕੀ ਹੈਗੇ ਵੀ ਪ੍ਰੋਵਾਈਡਿੰਗ ਨਿਊਟ੍ਰੈਂਟ, ਔਰ ਕਿਹੜਾ ਨਿਊਟ੍ਰੈਂਟ? ਪ੍ਰਾਇਮਰੀ ਨਿਊਟ੍ਰੈਂਟ ਲੈਸ ਦੈਨ, ਠੀਕ ਹੈ ਜੀ। ਤੁਹਾਡੇ ਤੋਂ ਕੁਐਸਚਨ ਪੁੱਛਿਆ ਲੋ ਐਨਾਲਾਈਟਿਕ ਫਰਟੀਲਾਈਜ਼ਰ ਦਾ ਐਗਜ਼ਾਮਪਲ ਦੱਸੋ, ਤਾਂ SSP, SSP ਦੇ ਅੰਦਰ ਕੀ? ਤਾਂ SSP ਦੇ ਅੰਦਰ ਕੀ ਹੈਗਾ? ਪੀ ਕਿੰਨਾ? ਤਾਂ ਦੇਖੋ ਹੋ ਗਿਆ ਨਾ 25 ਤੋਂ ਘੱਟ। ਉਸ ਦੇ ਬਾਅਦ ਹਾਈ ਐਨਾਲਾਈਟਿਕ ਕੀ ਹੋਣਗੇ? ਐਗਜ਼ਾਮਪਲ ਦੱਸੋ, ਹੋਰ ਕਿਹੜਾ ਹੋ ਸਕਦਾ ਹੈਗਾ? ਤਾਂ ਪਹਿਲਾ ਐਗਜ਼ਾਮਪਲ ਯੂਰੀਆ, ਕੁਐਸਚਨ ਆਊਗਾ ਹਾਈ ਐਨਾਲਾਈਟਿਕ ਫਰਟੀਲਾਈਜ਼ਰ ਦੱਸੋ, ਠੀਕ ਹੈ ਜੀ। ਫਿਰ ਹੈਗਾ DAP, ਹੈਗਾ ਹਾਈ ਐਨਾਲਾਈਟਿਕ, ਤਾਂ ਕੀ ਕਿਹਾ ਪ੍ਰਾਇਮਰੀ ਕਿਆ? ਆ ਲਓ ਜੀ MOP, ਕੇ ਕਿੰਨਾ? MOP ਮਤਲਬ ਫਾਰਮੂਲਾ ਦੱਸ ਦੋ ਇਹਦਾ। ਤਾਂ ਕਹਿੰਦਾ MOP ਮਤਲਬ ਮਿਊਰੇਟ ਆਫ ਪੋਟਾਸ ਠੀਕ ਹੈ ਜੀ। ਆ ਤਾਂ ਹੋ ਗਈ ਫੁੱਲ ਫਾਰਮ, ਔਰ ਇਹਦਾ MOP ਦਾ ਫਾਰਮੂਲਾ ਪੋਟਾਸੀਅਮ ਕਲੋਰਾਈਡ, ਕਲੀਅਰ? ਤਾਂ ਸੀ ਤੁਹਾਡਾ ਫਰਟੀਲਾਈਜ਼ਰ। ਅਬ ਤੁਹਾਡੇ ਤੋਂ ਪਰਸੈਂਟੇਜ ਆਫ ਨਿਊਟ੍ਰੈਂਟ ਦੇ ਕੁਐਸਚਨ ਪੁੱਛੇ ਜਾ ਸਕਦੇ। ਕੀ ਪੁੱਛੇ ਜਾ ਸਕਦੇ? ਤਾਂ ਮੈਂ ਪਹਿਲਾਂ ਨਿਊਟ੍ਰੈਂਟ ਲਿਖਦਾ ਹੈਗਾ, ਜਿਵੇਂ ਪਹਿਲਾਂ ਮੈਂ ਲਿਖਦਾ ਐਨਹਾਈਡਰਸ, ਕਿਹੜਾ? ਪੂਰਾ ਨਾਂ ਕੀ ਹੈਗਾ? ਅਮੋਨੀਆ। ਫਿਰ ਦੂਜਾ ਚਲੋ ਆਪਾਂ ਯੂਰੀਆ ਲੈ ਲੈਂਦੇ ਹੈਗੇ, ਉਸ ਦੇ ਬਾਅਦ ਜਿਪਸਮ, SSP, DAP, ਅਮੋਨੀਅਮ ਸਲਫੇਟ, ਕਿਹੜਾ? ਕੀ ਤੁਹਾਡੀ ਨੋਟਬੁੱਕ 'ਚ ਲਿਖਿਆ ਹੋਇਆ ਅਮੋਨੀਅਮ ਸਲਫੇਟ? ਅਰੇ ਨੋਟਸ 'ਚ ਲਿਖਿਆ ਕਿ ਨਹੀਂ ਲਿਖਿਆ ਹੋਇਆ? ਨਹੀਂ ਲਿਖਿਆ ਹੋਇਆ ਤਾਂ ਪੁਆਇੰਟ ਐਡ ਕਰ ਲਓ। ਫਿਰ ਨੈਕਸਟ ਹੈਗਾ ਅਮੋਨੀਅਮ ਕਲੋਰਾਈਡ, ਕਲੋ ਵੀ ਐਨਹਾਈਡਰਸ ਅਮੋਨੀਆ ਲਿਖਿਆ ਹੈਗਾ। ਕਿੰਨਾ ਪਰਸੈਂਟ ਹੈ ਨਾਈਟ੍ਰੋਜਨ ਇਸ 'ਚ? ਕੁਐਸਚਨ ਸਭ ਸਭ ਤੋਂ ਜ਼ਿਆਦਾ ਕਿਸ 'ਚ? ਤਾਂ ਆਪਾਂ ਲਿਖਦੇ ਨੇ ਬ੍ਰੇਕ 'ਚ ਮੈਕਸੀਮਮ। ਯੂਰੀਆ ਦੇ ਅੰਦਰ ਕਿੰਨਾ ਹੈਗਾ ਬਈ? ਜਿਪਸਮ 'ਚੋਂ ਕੀ ਮਿਲੂਗਾ, ਕਿੰਨਾ ਮਿਲੂਗਾ? ਔਰ ਮਿਲੂਗਾ ਸਲਫਰ। ਅਬ ਸਲਫਰ ਵੀ ਮੈਂ ਇਸ ਪੈਕੇਜ ਦੇ ਅਕੋਰਡਿੰਗ ਜਾਊਂਗਾ, 16% ਲਿਖਿਆ ਇਹਨੇ, ਤਾਂ ਆਪਾਂ ਦੋ ਲਿਖ ਦਿੰਦੇ।
18.4% ਔਰ ਬਾਈ ਚਾਂਸ ਆਪਸ਼ਨ ਤੇ ਨਹੀਂ ਆਵੇ ਤਾਂ ਕਿੰਨਾ ਕਰ ਦੇਣਾ ਤੁਸੀਂ, ਲਿਖ ਲਓ ਉੱਥੇ ਏਰੋ ਲਗਾ ਕੇ, ਜਿਪਸਮ ਚ ਲਿਖ ਲਓ ਪੁੱਤ, ਏਰੋ ਲਗਾ ਕੇ ਲਿਖ ਲਓ। ਠੀਕ ਹੈ ਜੀ, ਉਸ ਦੇ ਬਾਅਦ ਐਸ ਐਸ ਪੀ, ਅਬ ਧਿਆਨ ਨਾਲ ਸੁਣਨਾ, ਐਸ ਐਸ ਪੀ ਦੇ ਅੰਦਰ ਦੋ ਨਿਊਟ੍ਰੈਂਟ ਹੁੰਦੇ, ਸਲਫਰ 16%, ਕੈਲਸੀਅਮ ਪੁੱਛਿਆ ਜਾਂਦਾ 12.5%, ਫਿਰ ਹੈਗਾ ਡੀ ਏ ਪੀ, ਤਾਂ ਡੀ ਏ ਪੀ ਚ ਪੀ ਕਿੰਨਾ ਪੁੱਤ, ਔਰ ਐਨ ਕਿੰਨਾ, ਉਸ ਤੇ ਬਾਅਦ ਹੈਗਾ ਅਮੋਨੀਅਮ ਸਲਫੇਟ, ਤਾਂ ਅਮੋਨੀਅਮ ਸਲਫੇਟ ਚ ਨਾਈਟ੍ਰੋਜਨ ਕਿੰਨਾ 20.5%, ਫਿਰ ਹੈਗਾ ਅਮੋਨੀਅਮ ਕਲੋਰਾਈਡ, ਨਾਈਟ੍ਰੋਜਨ ਕਿੰਨਾ 25% ਹੈਗਾ। ਠੀਕ ਹੈ, 25%। ਆਨਲਾਈਨ ਵਾਲੇ ਬੱਚੇ ਮੈਸੇਜ ਡ੍ਰੌਪ ਕਰੋ, ਤਾਂ ਕੁਐਸਚਨ ਆਊਗਾ ਵੀ ਕਿਹੜਾ ਨਾਈਟ੍ਰੋਜਨ ਫਰਟੀਲਾਈਜ਼ਰ ਹੈ ਜਿਸ ਚੋਂ ਸਭ ਤੋਂ ਵੱਧ ਨਾਈਟ੍ਰੋਜਨ ਤੱਕ, ਐਨਹਾਈਡਰਸ ਕਿੰਨਾ ਹੈਗਾ। ਠੀਕ ਹੈ ਜੀ, ਅਬ ਇਹਨਾਂ ਦੇ ਉਹ ਕਹਿੰਦਾ ਲਿਖ ਲਿਆ ਸਾਰਿਆਂ ਨੇ, ਅਬ ਦੇਖੋ ਵੀ ਕਲਰ ਪੁੱਛ ਲੈਂਦੇ ਕਈ ਵਾਰ, ਕੀ ਪੁੱਛ ਲੈਂਦੇ, ਤਾਂ ਪਹਿਲਾਂ ਅਸੀਂ ਦੇਖਦੇ ਯੂਰੀਆ, ਤਾਂ ਯੂਰੀਆ ਕਿੱਦਾਂ ਦਾ ਹੁੰਦਾ ਵੀ, ਯੂਰੀਆ ਆਹ ਦੇਖੋ ਇੱਦਾਂ ਦਾ ਹੁੰਦਾ, ਗ੍ਰੈਨੂਅਲ ਫਾਰਮ ਚ ਹੋਊਗਾ, ਚਿੱਟੇ ਰੰਗ ਦਾ ਹੁੰਦਾ ਗਾ, ਤਾਂ ਕਹਿੰਦਾ ਯੂਰੀਆ ਦਾ ਕਲਰ। ਉਸ ਦੇ ਬਾਅਦ ਹੈਗਾ ਡੀ ਏ ਪੀ, ਤਾਂ ਡੀ ਏ ਪੀ ਕਿੱਦਾਂ ਦਾ, ਵਾਈਟ ਗ੍ਰੇ ਕਲਰ ਦਾ ਹੁੰਦਾ, ਕਿੱਦਾਂ ਦਾ ਕਲਰ ਹੈਗਾ, ਤਾਂ ਡੀ ਏ ਪੀ ਕਿੱਦਾਂ ਦਾ ਬਈ, ਹੋ ਗਿਆ ਲਿਖ ਲਓ ਭਲਾਈ, ਤਾਂ ਗ੍ਰੇ ਕਲਰ। ਉਸ ਦੇ ਬਾਅਦ ਐਸ ਐਸ ਪੀ, ਆ ਤਾਂ ਐਸ ਐਸ ਪੀ ਉਹ ਬਠਿੰਡਾ ਆ ਗਿਆ ਵੀ, ਇਸ ਤੋਂ ਕੀ ਕਰਾਉਣਾ, ਸਿੰਗਲ ਸੁਪਰ ਫੋਸਫੇਟ ਕਿਸ ਕਲਰ ਦਾ, ਕਿੱਦਾਂ ਦਾ ਕਲਰ ਵੀ ਆ, ਕਿੱਦਾਂ ਦਾ ਕਲਰ ਵੀ ਆ, ਹਾਂਜੀ ਰੂਪਨ, ਤਾਂ ਲਿਖੋ ਗ੍ਰੇ। ਅਰੇ ਗ੍ਰੇ ਰਿਵੋਲਿਊਸ਼ਨ ਨਹੀਂ ਪੜਿਆ, ਕੁਛ ਦੇ ਹੀ ਕਲਰ ਅਲੱਗ ਆ, ਬਾਕੀਆਂ ਦੇ ਇੱਦਾਂ ਹੀ। ਉਹਦੇ ਬਾਅਦ ਹੋਰ ਕਿਹੜਾ ਸੀਗਾ, ਹਾਂਜੀ ਕਿਹੜਾ, ਉਸ ਤੋਂ ਤਾਂ ਕੀ ਕਰਾਉਣਾ ਯਾਰ, ਜ਼ਰੂਰੀ ਆ ਬੇਲ ਮੁਝੇ ਮਾਰ ਹੈ, ਤਾਂ ਯੂਰੀਆ, ਐਸ ਐਸ ਪੀ ਔਰ ਡੀ ਏ ਪੀ ਦੇ ਕਲਰ ਧਿਆਨ ਰੱਖਣੇ। ਮੈਂ ਦੁਬਾਰਾ ਇਮੇਜ ਦਿਖਾ ਦੇਣਾ, ਆ ਕੀ ਹੈਗਾ ਐਸ ਐਸ ਪੀ ਹੈਗਾ, ਕਲੀਅਰ, ਠੀਕ ਹੈ ਜੀ, ਇਹਨੂੰ ਘੂਰ ਲਓ ਥੋੜੀ ਦੇਰ। ਉਸ ਦੇ ਬਾਅਦ
ਡੀਏਪੀ ਤਾਂ ਡੀਏਪੀ ਕਿਦਾਂ ਦਾ ਠੀਕ ਹੈ ਜੀ ਆ ਡੀਏਪੀ ਹੈਗਾ ਠੀਕ ਆ ਵੀ ਗ੍ਰੇ ਕਲਰ ਦਾ ਹੀ ਹੁੰਦਾ ਗਾ ਠੀਕ ਹੈ ਜੀ ਉਸ ਦੇ ਬਾਅਦ ਸੀਗਾ ਯੂਰੀਆ ਤਾਂ ਯੂਰੀਆ ਕਿਦਾਂ ਦਾ ਵੀ ਆਨਲਾਈਨ ਵਾਲੇ ਬੱਚੇ ਮੈਸੇਜ ਡ੍ਰੌਪ ਕਰੋ ਬਈ ਯੂਰੀਆ ਦਾ ਫਾਰਮੂਲਾ ਪੁੱਛਿਆ ਜਾ ਸਕਦਾ ਤੁਹਾਡੇ ਤੋਂ ਤਾਂ ਯੂਰੀਆ ਦਾ ਫਾਰਮੂਲਾ ਹੈਗਾ ਲਿਖ ਲਓਗੇ ਕਿਵੇਂ ਲਿਖੋਗੇ ਇਹਨੂੰ ਤਾਂ ਲਿਖੋ ਫਾਰਮੂਲਾ ਆਫ ਯੂਰੀਆ ਤਾਂ ਕੀ ਹੈਗਾ H2NCONH2 ਏਦਾਂ ਲਿਖ ਦਿਓ ਤਾਂ ਫਾਰਮੂਲਾ ਆਫ ਯੂਰੀਆ ਯਾਦ ਰੱਖਣਾ ਹੈਗਾ ਸਟਰਕਚਰ ਕਾਹਤੋਂ ਯਾਰ ਏਦਾਂ ਦੀਆਂ ਫਾਰਮੂਲਾ ਲਿਖਣਾ ਹੈ ਬਸ ਤਾਂ ਲਿਖੋ ਫਾਰਮੂਲਾ ਠੀਕ ਹੈ ਜੀ ਤਾਂ ਦੁਬਾਰਾ ਲਿਖ ਲਓ ਤੇ ਟੈਕਸ ਲੱਗ ਜੂਗਾ ਜਾਂ ਘੱਸ ਜਾਏਗਾ ਕੀ ਪਤਾ ਤੂੰ ਕਹਿੰਦੇ ਨਾ ਹੋ ਜੇ ਐਕਸਟਿੰਕਟ ਕਰ ਜੇ ਠੀਕ ਹੈ ਜੀ ਤਾਂ ਲਓ ਆ ਬ੍ਰੇਕ ਦੇ ਬਾਅਦ ਜੋ ਟੋਪਿਕ ਹੋਊਗਾ ਰਿਵੀਜ਼ਨ ਦਾ ਹੋਊਗਾ ਫਾਰਮ ਟੂਲਸ ਔਰ ਬੜਾ ਇੰਪੋਰਟੈਂਟ ਟੋਪਿਕਸ ਹੈਗਾ ਠੀਕ ਹੈ ਜੀ